ਸਸ ਪੰਜਾਬੀ ਦੇ ਇਸ ਵਿਸ਼ੇਸ਼ ਪ੍ਰੋਗਰਾਮ ਉ체ਚੇ ਪ੍ਰੋਗਰਾਮ ਜਨਤਾ ਦੀ ਆਵਾਜ਼ ਵਿੱਚ ਆਪ ਸੂ ਜਵਾਨ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਸਭ ਤੋਂ ਪਹਿਲੇ ਵੱੜਦੀ ਹੈ ਗੱਲ ਕਿ ਖਾਲਸੇ ਦੇ ਉਸ ਪਾਵਨ ਸਾਜਨਾ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਖਾਲਸੇ ਦੀ ਸਿਰਜਣਾ ਇਤਿਹਾਸ ਦੀ ਇੱਕ ਅਹਿਮ ਘਟਨਾ ਹੈ ਇੱਕ ਅਦੁੱਤੀ ਘਟਨਾ ਹੈ ਐਸਾ ਕਿਸੇ ਹੋਰ ਕੌਮ ਦੇ ਵਿਰਸੇ ਵਿੱਚ ਨਹੀਂ ਆਇਆ ਕਿ ਕਿਸੇ ਕੌਮ ਨੇ ਆਪਣੀ ਸਥਾਪਨਾ ਦਾ ਦਿਵਸ ਮਨਾਇਆ ਹੋਵੇ ਔਰ ਇਹ ਕੋਈ ਇਤਫਾਕਨ ਘਟਨਾ ਨਹੀਂ ਸੀ ਇਸ ਦੀ ਸਾਰੀ ਦੀ ਸਾਰੀ ਸ਼ਬਦਾਵਲੀ ਗੁਰੂ ਸਾਹਿਬ ਵੱਲੋਂ ਕੀਤੀ ਗਈ ਚੋਣ ਔਰ ਇਸ ਮੌਕੇ ਦੇ ਉੱਤੇ ਕੀਤਾ ਗਿਆ ਉਹ ਬਚਿੱਤਰ ਨਾਟਕ ਜਿਸ ਤਰ੍ਹਾਂ ਹੀ ਖਾਲਸੇ ਨੂੰ ਪ੍ਰਗਟ ਕੀਤਾ ਗਿਆ ਜਿਸ ਖਾਲਸੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਰਨਾਮੇ ਕੀਤੇ ਉਹ ਰੋਲ ਅਦਾ ਕੀਤਾ ਉਹ ਫਰਜ਼ ਪੂਰਾ ਕੀਤਾ ਜਿਸ ਲਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਹਿਆਤੀ ਵਿੱਚ ਆਏ ਜਿਸ ਲਈ ਉਹਨਾਂ ਨੇ ਕੁਰਬਾਨੀਆਂ ਦੀ ਲੜੀ ਸ਼ੁਰੂ ਕੀਤੀ ਖਾਲਸਾ ਕਾਲਪੁਰਖ ਦੀ ਫੌਜ ਗੁਰੂ ਸਾਹਿਬ ਨੇ ਖੁਦ kia ਇਹ ਕਾਲਪੁਰਖ ਦੀ ਫੌਜ ਜਿਹੜੀ ਤਿਆਰ ਕੀਤੀ ਗਈ ਔਰ ਇਸ ਦਾ ਮਕਸਦ ਕੀ ਸੀ ਖਾਲਸਾ ਕੀ ਹੈ ਕਿਉਂ ਸਾਜਿਆ ਗਿਆ ਇਸ ਦੀ ਲੋੜ ਕੀ ਸੀ ਇਹ ਸਾਰੇ ਛੋਟੇ ਛੋਟੇ ਨੁਕਤੇ ਹਨ ਅੱਜ ਖਾਲਸੇ ਦੀ ਸਿਰਜਣਾ ਦੇ ਇਸ ਪਾਵਨ ਮੌਕੇ ਦੇ ਉੱਤੇ ਸਾਰੇ ਜਗਤ ਨੂੰ ਇੱਕ ਵਾਰ ਫਿਰ ਵਧਾਈ ਦਿੰਦੇ ਹੋਏ ਇਸ ਪ੍ਰੋਗਰਾਮ ਨੂੰ ਅਸੀਂ ਆਪ ਤੱਕ ਪਹੁੰਚਾ ਰਹੇ ਹਾਂ। ਔਰ ਇਸ ਦੇ ਨਾਲ ਹੀ ਅੱਜ ਕੋਈ ਵਿਵਾਦ ਦਾ ਵਿਸ਼ਾ ਨਹੀਂ, ਕੋਈ ਹੋਰ ਮਸਲਾ ਨਹੀਂ। ਗੁਰੂ ਸਾਹਿਬ ਨੇ ਆਪਣਾ ਸਾਰਾ ਕੁਝ ਖਾਲਸੇ ਦੀ ਝੋਲੀ ਵਿੱਚ ਪਾਇਆ। ਗੁਰੂ ਸਾਹਿਬ ਨੇ ਖਾਲਸੇ ਨੂੰ ਖੁਦ ਸੰਪੂਰਨ ਕੀਤਾ। ਇਸ ਦੀ ਸਿਰਜਣਾ ਕੀਤੀ ਔਰ ਉਸ ਦੇ ਨਾਲ ਉਹਨਾਂ ਨੇ ਇਸ ਤੋਂ ਕੁਝ ਆਸ ਵੀ ਰੱਖੀ ਉਹ ਆਸ ਕੀ ਸੀ ਕਿ ਖਾਲਸੇ ਕੋਲ ਇੱਕ ਮੌਕਾ ਹੈ ਉਹ ਆਪਣਾ ਰਿਸ਼ਤਾ ਗੁਰੂ ਨਾਲ ਜੋੜੇ ਇਹਨਾਂ ਸਾਰੇ ਛੋਟੇ-ਛੋਟੇ ਨੁਕਤਿਆਂ ਦੇ ਉੱਤੇ ਅਸੀਂ ਜੱਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਉਹਨਾਂ ਨਾਲ ਵਿਚਾਰ ਸਾਂਝੇ ਕਰਾਂਗੇ ਦਰਸਲ ਖਾਲਸਾ ਕੀ ਹੈ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਜਿਵੇਂ ਹੁਣੇ ਬੇਨਤੀ ਕੀਤੀ ਗੁਰੂ ਸਾਹਿਬ ਦੇ ਆਪਣੇ ਬਚਨ ਹਨ ਖਾਲਸਾ ਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਦਰਅਸਲ ਕਈ ਵਾਰੀ ਅਸੀਂ ਪੜ ਜਾਂਦੇ ਹਾਂ ਖਾਲਸਾ ਅਕਾਲ ਪੁਰਖ ਦੀ ਫੌਜ ਅਕਾਲ ਪੁਰਖ ਨਹੀਂ ਹੈ ਇਹ ਲਫ਼ਜ਼ ਹੈ ਖਾਲਸਾ ਕਾਲ ਪੁਰਖ ਦੀ ਫੌਜ ਪੁਰਾਤਨ ਫਿਲਾਸਫੀ ਨੇ ਬਣਾਉਣ ਵਾਲਾ ਪਾਲਣ ਵਾਲਾ ਔਰ ਨਾਸ਼ ਕਰਨ ਵਾਲਾ ਵੱਖ-ਵੱਖ ਵਿਥਿਆ ਹੈ। ਬ੍ਰਹਮ, ਵਿਸ਼ਨੂੰ ਮਹੇਸ਼ ਮਿੱਥੇ ਹਨ। ਜਿਵੇਂ ਗॉड, ਜੀਓਡੀ ਜਨਰੇਟਰ, ਆਪਰੇਟਰ ਤੇ ਡਿਸਟਰਾਇਰ ਉਹ ਵੀ ਵੱਖਰੇ ਹਨ। ਪਰ ਗੁਰਮਤ ਨੇ ਜਿਨ ਤੁਮ ਭੇਜੇ ਤਨੇ ਬੁਲਾਓ ਯਾ ਸਦਨ ਹਾਰਾ ਸਿਮਰੀਏ ਉਹੀ ਬਣਾਉਣ ਵਾਲਾ ਹੈ। ਹਰਬਿੰ ਕੋਈ ਮਾਰ ਜਵਾਲ ਨਾ ਸਕੇ ਇਹ ਕਨਸੈਪਟ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹੀ ਕਿਹਾ ਕਿ ਕਾਲ ਕੇ ਬਣਾਏ ਸਵੇ ਕਾਲ ਹੀ ਚਬਾਹੇਗੇ ਕੋਈ ਵੱਖਰਾ ਨਹੀਂ ਹੈ ਉਹੀ ਕਾਲ ਬਣਾਉਣ ਵਾਲਾ ਹੈ ਉਹੀ ਕਾਲ ਨਾਸ਼ ਕਰਨ ਵਾਲਾ ਹੈ ਕਾਲ ਕੇ ਬਣਾਏ ਸਵੇ ਕਾਲ ਹੀ ਚਬਾਹੇਗੇ ਹਜ਼ੂਰ ਨੇ ਇੱਕ ਗੱਲ ਹੋਰ ਕਹੀ ਇੱਕ ਹੀ ਕਾਲ ਅਕਾਲ ਸਦਾ ਹੈ ਨਾਲ ਇਹ ਵੀ ਕਿਹਾ ਕਾਲਪੁਰਖ ਦੀ ਦੇਹ ਮੇ ਕੋਟਕ ਵਿਸ਼ਨ ਮਹੇਸ਼ ਇਹ ਜੋ ਖਾਲਸਾ ਹੈ ਇਹ ਕਾਲਪੁਰਖ ਦੀ ਫੌਜ ਹੈ ਇਹ ਪਰਮਾਤਮਾ ਦੀ ਮੌਜ ਤੇ ਨਾਲ ਇਸ ਖਾਲਸੇ ਦੀ ਸਿਰਜਣਾ ਹੋਈ ਹੈ ਹੁਣ ਇਸ ਨੂੰ ਬਣਾਇਆ ਕਿਉਂ ਹੈ ਔਰ ਇਸ ਦਾ ਮਕਸਦ ਕੀ ਹੈ ਗੁਰੂ ਸਾਹਿਬ ਦੇ ਆਪਣੇ ਕਵੀ ਸੈਨਾਪਤੀ ਇਸ ਦੇ ਬਾਰੇ ਕਹਿੰਦੇ ਹਨ ਕਿ ਅਸੁਰ ਸੰਘਾਰ ਬੇ ਕੋ ਦੁਰਜਨ ਕੇ ਮਾਰ ਬੇ ਕੋ ਸੰਕਟ ਨਿਬਾਰ ਬੇ ਕੋ ਖਾਲਸਾ ਬਨਾਇਓ ਹੈ ਇਹ ਜੋ ਖਾਲਸਾ ਹੈ ਇਹ ਦੁਸ਼ਟਾਂ ਦਾ ਨਾਸ਼ ਕਰਨ ਲਈ ਧਰਮ ਦਾ ਰਾਜ ਸਥਾਪਿਤ ਕਰਨ ਲਈ ਇਸ ਦੀ ਸਿਰਜਣਾ ਹੋਈ ਜਿਹੜਾ ਆਪਣੇ ਆਪ ਨੂੰ ਖਾਲਸਾ ਖਵਾਂਦਾ ਹੈ ਉਸ ਨੂੰ ਇਹ ਹੱਕ ਵੀ ਹੈ ਖਾਲਸਾ ਹੋ ਆਏ ਪਰ ਉਸ ਦੇ ਨਾਲ ਉਸ ਦੇ ਕੁਝ ਫਰਜ਼ ਵੀ ਹਨ ਉਸ ਦੇ ਨਾਲ ਹੀ ਉਸ ਦੀਆਂ ਕੁਝ ਜੋਸ ਦੇ ਫਰਜ਼ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਹੈ ਉਸ ਦੀਆਂ ਕੁਝ ਰਹਿਤਾਂ ਹਨ ਉਸ ਦੀਆਂ ਕੁਝ ਕੁਰਹਿਤਾਂ ਹਨ ਜਿਨ੍ਹਾਂ ਨੇ ਕੁਝ ਡੂਸ ਐਂਡ ਡਾਂਟਸ ਜਿਸ ਤਰ੍ਹਾਂ ਹੁੰਦੇ ਹਨ ਇਹਨਾਂ ਦੇ ਉੱਤੇ ਅਮਲ ਕਰਨਾ ਹੈ ਸੋ ਸਭ ਤੋਂ ਪਹਿਲੇ ਖਾਲਸੇ ਦੀ ਸਿਰਜਣਾ ਜਿਸ ਪਾਵਨ ਸਥਾਨ ਦੇ ਉੱਤੇ ਹੋਈ ਉਹ ਸੀ ਕੇਸਗੜ੍ਹ ਸਾਹਿਬ ਦੀ ਉਹ ਪਾਵਨ ਧਰਤੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਇਹ ਪੰਥ ਪਹਿਲੇ ਸੀ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਲੇ ਸਨ ਇਸ ਵਿੱਚ ਨਵੀਂ ਗੱਲ ਕਿਹੜੀ ਹੋਈ ਜੇ ਅਸੀਂ ਗੁਰਬਾਣੀ ਨੂੰ ਵਿਚਾਰੀਏ ਤਾਂ ਇੱਕ ਲਫ਼ਜ਼ ਆਂਦਾ ਹੈ ਪਰਗਟਿਓ ਖਾਲਸਾ ਪਰਮਾਤਮ ਕੀ ਮੌਜ ਪ੍ਰਗਟ ਹੋਇਆ ਹੈ ਇਸ ਦਾ ਮਤਲਬ ਇਹ ਪੰਥ ਪਹਿਲੇ ਸੀ ਇਹ ਪੰਥ ਅੱਜ ਪ੍ਰਗਟ ਹੋਇਆ ਹੈ ਮੌਜੂਦ ਸੀ ਜੇਕਰ ਗੁਰੂ ਸਾਹਿਬ ਬਾਰੇ ਵੀ ਕਿਹਾ ਹੈ ਤਾਂ ਇਹੀ ਹੈ ਪ੍ਰਗਟਿਓ ਮਰਦ ਅਗਮੜਾ ਬਰਿਆਮ ਅਕੇਲਾ ਇਸ ਦਾ ਮਤਲਬ ਹੈ ਗੁਰੂ ਵੀ ਸੀ ਪੰਥ ਵੀ ਸੀ ਭਾਈ ਗੁਰਦਾਸ ਜੀ ਨੇ ਗਵਾਹੀ ਦਿੱਤੀ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਇਹ ਪੰਥ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਸੀ ਔਰ ਗੁਰੂ ਵੀ ਉਹੀ ਗੁਰਨਾਨਕ ਸਾਹਿਬ ਦੀ ਜੋਤ ਸੀ ਜਿਹੜੀ ਪਹਿਲੇ ਮੌਜੂਦ ਸੀ ਹਜ਼ੂਰ ਨੇ ਖੁਦ ਕਿਹਾ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮੂ ਰਤਨ ਜੋਹਰ ਹਮੂ ਮਾਨਕ ਅਸਤ ਮੈਂ ਹੀ ਨਾਨਕ ਹਾਂ ਮੈਂ ਹੀ ਗੋਬਿੰਦ ਹਾਂ ਮੈਂ ਹੀ ਉਸ ਦੀ ਮਾਲਾ ਹਾਂ ਮੈਂ ਹੀ ਉਸ ਮਾਲਾ ਦੇ ਮੜਕੇ ਹਾਂ ਕੋਈ ਫਰਕ ਨਹੀਂ ਹੈ ਹਜ਼ੂਰ ਨੇ ਖੁਦ ਕਿਹਾ ਪਿੰਨ ਪਿੰਨ ਸਭੂ ਕਰ ਜਾਨਾ ਇੱਕ ਰੂਪ ਕਿਨੂ ਪਹਿਚਾਨਾ ਜਿੰਨ ਜਾਨਾ ਤਨਹੀ ਸਿਧ ਪਾਈ ਬਿਨ ਸਮਝੇ ਕਿਛਾਤ ਰਈ ਇਹ ਗੁਰੂ ਦੀ ਉਹ ਜੋਤ ਗੁਰੂ ਨਾਨਕ ਸਾਹਿਬ ਦਾ ਉਹ ਮਿਸ਼ਨ ਜਿਹੜਾ ਅੱਜ ਪ੍ਰਗਟ ਹੋਇਆ ਪਰ ਬੜੀ ਹੈਰਾਨੀ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥ ਵਿੱਚ ਫੜੀ ਉਸ ਨੰਗੀ ਤਲਵਾਰ ਜੋ ਅੱਜ ਦੇ ਪਾਵਨ ਦਿਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੰਗੀ ਔਰ ਲਿਸ਼ਕਦੀ ਹੋਈ ਤਲਵਾਰ ਕੱਢ ਕੇ ਜਦੋਂ ਇੱਕ ਸਿਰਦੀ ਮੰਗ ਕੀਤੀ ਤਾਂ ਇਸ ਦੇ ਵਿੱਚ ਉਹ ਗੁਰਨਾਨਕ ਸਾਹਿਬ ਦੇ ਸਰੂਪ ਦੇ ਦਰਸ਼ਨ ਕਰਨੇ ਬੜਾ ਔਖਾ ਸੀ ਇਹ ਬੜੀ ਔਖੀ ਕਾਟੀ ਸੀ ਪਰ ਜੇ ਗੁਰਬਾਣੀ ਔਰ ਗੁਰਮਤ ਨੂੰ ਆਧਾਰ ਬਣਾਈਏ ਤਾਂ ਫਿਰ ਇਸ ਵਿੱਚ ਇਹ ਰੇਡਲ ਇਹ ਫਜ਼ਲ ਜਾਂ ਇਹ ਰਾਜ਼ ਵੀ ਪ੍ਰਗਟ ਹੋ ਜਾਏਗਾ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਆਪਣਾ ਮਿਸ਼ਨ ਅਰੰਭਿਆ ਤਾਂ ਉਸ ਵੇਲੇ ਹਜ਼ੂਰ ਨੇ ਇੱਕ ਗੱਲ ਕੀਤੀ ਇੱਕ ਸਦਾ ਦਿੱਤੀ ਇੱਕ ਉਹਨਾਂ ਨੇ ਆਗਾਜ਼ ਕੀਤਾ ਔਰ ਜਿਹੜੀ ਆਵਾਜ਼ ਦਿੱਤੀ ਉਹ ਆਵਾਜ਼ ਕੀ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਜੇ ਤੁਸੀਂ ਪ੍ਰੇਮ ਦੇ ਮਾਰਗ ਤੇ ਚੱਲਣਾ ਹੈ ਜੇ ਤੁਸੀਂ ਪਿਆਰ ਦੇ ਰਸਤੇ ਦੇ ਉੱਤੇ ਤੁਰਨਾ ਹੈ ਜੇ ਤੁਸੀਂ ਇਸ਼ਕ ਕਰਨਾ ਹੈ ਤਾਂ ਫਿਰ ਤੁਹਾਨੂੰ ਆਪਣਾ ਸਿਰ ਹਥੇਲੀ ਦੇ ਉੱਤੇ ਰੱਖਣਾ ਪਏਗਾ ਕੀ ਇਹ ਹੈਰਾਨੀ ਨਹੀਂ ਕਿ ਇਹ ਬਚਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਹਨ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ ਇਹ ਬਚਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਨ ਗਗਨ ਦਮਾਮਾ ਬਾਜਿਓ ਪਰਿਓ ਨੀ ਸਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਇਹ ਬਚਨ ਕਬੀਰ ਸਾਹਿਬ ਦੇ ਹਨ ਵਾਟ ਹਮਾਰੀ ਖਰੀ ਉਡੀਣੀ ਖਨੇਓ ਤਿੱਖੀ ਬਹੁਤ ਪੀਣੀ ਉਸ ਉਪਰ ਹੈ ਮਾਰਗ ਮੇਰਾ ਇਹ ਬਾਬਾ ਫਰੀਦ ਦੇ ਬਚਨ ਹਨ ਸੋ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਸਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਉਸ ਪਾਵਨ ਵਿਸਾਖੀ ਨੂੰ ਹੱਥ ਵਿੱਚ ਸ੍ਰੀ ਸਾਹਿਬ ਲੈ ਕੇ ਉਸਨੂੰ ਨੰਗੀ ਤਲਵਾਰ ਨੂੰ ਹੱਥ ਵਿੱਚ ਲੈ ਕੇ ਜਦੋਂ ਉਹਨਾਂ ਨੇ ਸੀਸ ਦੀ ਮੰਗ ਕੀਤੀ ਤਾਂ ਇਹ ਗੁਰੂ ਨਾਨਕ ਸਾਹਿਬ ਦਾ ਉਹ ਪਰਚਾ ਸੀ ਜਿਹੜਾ ਉਹਨਾਂ ਨੇ ਅਮਲੀ ਤੌਰ ਦੇ ਉੱਤੇ ਪੇਸ਼ ਕੀਤਾ ਜਿਹੜੇ ਇਸ ਪਰਚੇ ਵਿੱਚ ਪਾਸ ਹੋਏ ਉਹਨਾਂ ਨੂੰ ਗੁਰੂ ਸਾਹਿਬ ਨੇ ਲਕਬ ਕੀ ਜਿੱਤ ਦਿੱਤਾ ਉਹਨਾਂ ਨੂੰ ਟਾਈਟਲ ਕੀ ਮਿਲਿਆ ਉਹਨਾਂ ਨੂੰ ਖਤਾਬ ਮਿਲਿਆ ਪਿਆਰੇ ਜਿਹੜੇ ਇਸ ਪ੍ਰੇਮ ਦੇ ਮਾਰਗ ਤੇ ਆਏ ਉਹਨਾਂ ਨੂੰ ਆਸ਼ਿਕ ਕਿਹਾ ਗਿਆ ਪਿਆਰੇ ਕਿਹਾ ਗਿਆ ਉਹਨਾਂ ਨੂੰ ਪੰਜ ਪਿਆਰੇ ਕਿਹਾ ਗਿਆ ਸੋ ਜਿਹੜਾ ਮਾਰਗ ਗੁਰੂ ਨਾਨਕ ਸਾਹਿਬ ਦਾ ਸੀ ਉਹੀ ਮਾਰਗ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀ ਜੇਕਰ ਇਸ ਦੇ ਵਿੱਚ ਕੁਝ ਫਰਕ ਲੱਗੇਗਾ ਤਾਂ ਫਿਰ ਉਹ ਰਮਜ਼ ਸਮਝ ਨਹੀਂ ਆਏਗੀ ਇੱਕ ਖਾਲਸੇ ਨੂੰ ਸੰਪੂਰਨਤਾ ਜਿਹੜੀ ਇਮਾਰਤ ਦੀ ਬੁਨਿਆਦ ਸਾਹਿਬ ਸਰਗੁਰੂ ਨਾਨਕ ਤੇਜਜੀ ਮਹਾਰਾਜ ਨੇ ਰੱਖੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਨੂੰ ਮੁਕੰਮਲ ਕੀਤਾ ਇਹ ਛੋਟੀ ਜੀ ਭੂਮਿਕਾ ਹੈ ਇਸ ਪ੍ਰੋਗਰਾਮ ਦੀ ਸਭ ਤੋਂ ਪਹਿਲੇ ਅਸੀਂ ਵੇਖਾਂਗੇ ਕੇਸਗੜ ਸਾਹਿਬ ਦੀ ਉਸ ਪਾਵਨ ਧਰਤੀ ਦੇ ਉਸ ਪਾਵਨ ਜਗ੍ਹਾ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰੀਏ ਇਹ ਸਮਾਂ ਹੈ ਗੁਰੂ ਸਾਹਿਬ ਦੇ ਨਾਲ ਰਿਸ਼ਤਾ ਜੋੜਨ ਦਾ ਕੇਸਗੜ ਸਾਹਿਬ ਦੀ ਇਹ ਪਾਵਨ ਧਰਤੀ ਜਿਸ ਤੇ ਖਾਲਸੇ ਦੀ ਸਿਰਜਣਾ ਦਾ ਇਹ ਜੋ ਕੌਤਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਚਿਆ ਇੱਕ ਗੱਲ ਹੋਰ ਹੈ ਜਦੋਂ ਵੀ ਕੋਈ ਆਪਣੀ ਇਮਾਰਤ ਬਣਾਉਂਦਾ ਹੈ ਛੋਟਾ ਜਿਹਾ ਮਕਾਨ ਬਣਾਉਂਦਾ ਹੈ ਉਸ ਦੇ ਵੱਖ-ਵੱਖ ਨਾਂ ਰੱਖਦਾ ਹੈ ਕੋਈ ਕਰਦਿਆਂ ਦੇ ਨਾਂ ਤੇ ਕੋਈ ਕਿਸੇ ਨਾਂ ਤੇ ਜਾਂ ਜਿਹੜੀ ਬੰਦੇ ਨੂੰ ਚੰਗੀ ਲੱਗਦੀ ਹੈ ਉਸ ਦੇ ਨਾਂ ਤੇ ਪਰ ਗੁਰੂ ਸਾਹਿਬ ਨੇ ਖੁਦ ਇਸ ਇਮਾਰਤ ਦਾ ਇਸ ਤਖਤ ਦਾ ਜੋ ਨਾਮ ਰੱਖਿਆ ਉਹ ਸੀ ਜਿਹੜੀ ਚੀਜ਼ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਭ ਤੋਂ ਚੰਗੀ ਲੱਗੀ ਜਿਹੜੀ ਸਭ ਤੋਂ ਸੋਹਣੀ ਸੀ ਜਿਹੜੀ ਸਭ ਤੋਂ ਅਜ਼ੀਜ਼ ਸੀ ਉਸ ਦੇ ਨਾਂ ਦੇ ਉੱਤੇ ਗੁਰੂ ਸਾਹਿਬ ਨੇ ਇਸ ਦਾ ਨਾਮ ਰੱਖਿਆ ਇਹ ਨਾਮ ਸੀ ਸ੍ਰੀ ਕੇਸਗੜ੍ਹ ਸਾਹਿਬ ਦੀ ਬlesਟ ਫੋਰਟ ਆਫ ਅਨ ਕਟ ਹੈਅ ਇੱਕ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਣ ਦਾ ਇੱਕੋ ਸੰਦੇਸ਼ ਸੀ ਜਿਸ ਦੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਇਮਾਰਤ ਦਾ ਨਾਮ ਉਹਨਾਂ ਨੇ ਕੇਸਗੜ੍ਹ ਸਾਹਿਬ ਰੱਖਿਆ ਭਾਈ ਗੁਰਦਾਸ ਦੂਸਰੇ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ ਉਹਨਾਂ ਨੇ ਕੁਝ ਰਮਜ਼ ਨੂੰ ਹੱਲ ਕੀਤਾ ਹੈ ਉਹ ਕਹਿੰਦੇ ਹਨ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੈਲਾ ਗੁਰ ਸੰਗਤ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਜੋ ਅਗਲੀ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਪਾਈ ਗੁਰਦਾਸ ਜੀ ਦੀ ਉਸ ਉਸ ਦੇ ਬਾਰੇ ਹੈ ਜਿਹੜੀ ਉਹਨਾਂ ਨੇ ਇਸ ਦੇ ਬਾਰੇ ਖੁਦ ਅੰਕਿਤ ਕੀਤਾ ਹੈ। ਔਰ ਜੋ ਕਹਿ ਰਹੇ ਹਨ ਕਿ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਔਰ ਇਸ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਨੇ ਅਗਲੀ ਤਸਵੀਰ ਜੋ ਹੈ ਆਪ ਦੇਖੋਗੇ ਜਿਹੜੀ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਔਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਇਹ ਜੋ ਤਸਵੀਰ ਹੈ ਥੱਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਦੀ ਦਾਤ ਉਹਨਾਂ ਪੰਜ ਸਿੰਘਾਂ ਨੂੰ ਦੇ ਰਹੇ ਹਨ ਪੰਜ ਪਿਆਰਿਆਂ ਨੂੰ ਦੇ ਰਹੇ ਹਨ ਪਰ ਤੁਸੀਂ ਸੋਚੋ ਉਹ ਕੈਸਾ ਨਜ਼ਾਰਾ ਹੋਏਗਾ ਉਹ ਕੈਸਾ ਮੰਜ਼ਰ ਹੋਏਗਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਗੋਡਿਆਂ ਪਾਰ ਹੋ ਗਏ ਔਰ ਉਹਨਾਂ ਨੇ ਆਪਣੇ ਹੀ ਤਿਆਰ ਕੀਤੇ ਹੋਏ ਆਪਣੇ ਹੀ ਸਜਾਏ ਹੋਏ ਖਾਲਸਾ ਪੰਥ ਨੂੰ ਉਹਨਾਂ ਪੰਜ ਪਿਆਰਿਆਂ ਨੂੰ ਬੇਨਤੀ ਕੀਤੀ ਕਿ ਮੈਨੂੰ ਵੀ ਅਮਰਤੀ ਦਾਤ ਦਿੱਤੀ ਜਾਏ ਕੰਕਣ ਕਵੀ ਜੋ ਗੁਰੂ ਸਾਹਿਬ ਦਾ ਸਮਕਾਲੀ ਹੈ ਉਸਨੇ ਕਮਾਲ ਦੀ ਗੱਲ ਕਹੀ ਹੈ ਕਿ ਜਿਸ ਵਿਧੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਉਸੇ ਵਿਧੀ ਦੇ ਨਾਲ ਉਹਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਉਹ ਕੈਸਾ ਸੀਨ ਹੋਏਗਾ ਜੇ ਅਸੀਂ ਥੋੜਾ ਜਿਹਾ ਆਪਣੇ ਖਿਆਲਾਂ ਨੂੰ ਲੈ ਜਾਈਏ ਤਖੀਲ ਨੂੰ ਆਪਣੇ ਸੋਚ ਨੂੰ ਉਸ ਮੰਜ਼ਰ ਵਿੱਚ ਉਸ ਸਮੇਂ ਵਿੱਚ ਲੈ ਜਾਈਏ ਕਿ ਪੰਥ ਦਾ ਵਾਲੀ ਗੁਰੂ ਕਲਗੀਧਰ ਪਿਤਾ ਖੁਦ ਗੋਡਿਆਂ ਭਾਰ ਹੋ ਕੇ ਉਹਨਾਂ ਪੰਜ ਪਿਆਰਿਆਂ ਦੇ ਸੰਮੁਖ ਹੈ ਔਰ ਅੰਮ੍ਰਿਤ ਦੀ ਯਾਚਨਾ ਕਰ ਰਿਹਾ ਹੈ ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਸ ਤੋਂ ਛੋਟ ਨਹੀਂ ਫਿਰ ਕੀਏ ਹੁਜਜਤ ਨਹੀਂ ਜੇ ਕੋਈ ਕਹੇ ਕਿ ਮੇਰੇ ਅੰਦਰ ਸਿੱਖੀ ਹੈ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਸਿੱਖੀ ਨਹੀਂ ਸੀ ਕੀ ਉਹਨਾਂ ਚਾਰ ਸਹਬਜ਼ਾਦਿਆਂ ਦੇ ਅੰਦਰ ਸਿੱਖੀ ਨਹੀਂ ਸੀ ਕੀ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਮਨ ਅੰਦਰ ਸਿੱਖੀ ਨਹੀਂ ਸੀ ਪਰ ਇਸ ਸਾਰੀ ਕਰਤਬ ਦਾ ਇਸ ਸਾਰੇ ਜੋ ਮਹਾਰਾਜ ਨੇ ਜੋ ਇੱਕ ਕੌਤਕ ਕੀਤਾ ਹੈ ਇਸ ਦਾ ਅਸਲ ਮਕਸਦ ਕੀ ਸੀ ਉਹ ਮਕਸਦ ਸੀ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਗਈ ਤਾਂ ਇੱਕ ਲਫ਼ਜ਼ ਬਾਰ-ਬਾਰ ਬੋਲਿਆ ਗਿਆ ਉਹਨਾਂ ਪੰਜ ਪਿਆਰਿਆਂ ਨੇ ਵੀ ਗੁਰੂ ਸਾਹਿਬ ਨੂੰ ਉਹ ਲਫ਼ਜ਼ ਦੁਹਰਾਉਣ ਲਈ ਕਿਹਾ ਉਹ ਰ ਲਫ਼ਜ਼ ਕਿਹੜੇ ਸੀ ਜ਼ਰਾ ਤੁਸੀਂ ਅੰਦਾਜ਼ਾ ਲਗਾਓ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਹੀਂ ਕਿਹਾ ਕਿ ਤੁਸੀਂ ਵੀ ਬੋਲੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਇਹ ਕਿ ਉਹਨਾਂ ਨੂੰ ਕਿਹਾ ਗਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਿਹੜੀ ਗੱਲ ਭਾਈ ਗੁਰਦਾਸ ਦੂਸਰੇ ਨੇ ਕਹੀ ਹੈ ਗੁਰ ਸੰਗਤ ਕੀਨੀ ਖਾਲਸਾ ਇਹ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਦੀ ਗੱਲ ਹੋਈ ਇਹੀ ਵਿਸਾਖੀ ਦਾ ਅਸਲ ਗੁੱਜਾ ਸੰਦੇਸ਼ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਜ ਦੇ ਇਸ ਪਾਵਨ ਦਿਨ ਦੇ ਉੱਤੇ ਜਦੋਂ ਇਹ ਗੱਲ ਦੁਹਰਾਈ ਜਦੋਂ ਬਾਰ ਬਾਰ ਕਹਿਣ ਲਈ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿੱਚ ਗੁਰੂ ਇਸ ਵਿੱਚ ਵਾਹਿਗੁਰੂ ਹੈ ਖਾਲਸਾ ਹੈ ਪਰ ਵਿੱਚ ਗੁਰੂ ਨਹੀਂ ਹੈ ਦਰਸਲ ਗੁਰੂ ਸਾਹਿਬ ਨੇ ਆਪਣੀ ਹੋਂਦ ਵੀ ਖਾਲਸੇ ਦੇ ਵਿੱਚ ਜਜ਼ਬ ਕਰ ਦਿੱਤੀ ਔਰ ਖਾਲਸੇ ਦੀ ਉਪਮਾ ਗੁਰੂ ਸਾਹਿਬ ਨੇ ਇੱਥੇ ਤੱਕ ਨਹੀਂ ਉਹਨਾਂ ਨੇ ਤਾਂ ਇਤਨਾ ਕੁਝ ਕਹਿ ਦਿੱਤਾ ਜਿਹੜੇ ਲਫ਼ਜ਼ ਉਹਨਾਂ ਨੇ ਕਹੇ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਦੇ ਅਰਸਾ ਖਾਲਸਾ ਮੇਰੋ ਕਰੇ ਨਿਰਵਾਰ ਔਰ ਪਤਾ ਨਹੀਂ ਕਿਤਨਾ ਕੁਛ ਕਹੀ ਗਏ ਹਨ ਔਰ ਫਿਰ ਅਖੀਰ ਦੇ ਵਿੱਚ ਇਤਨੀ ਬਖਸ਼ਿਸ਼ਾਂ ਦੇ ਕੇ ਜਦੋਂ ਅਖੀਰ ਦੇ ਵਿੱਚ ਕਹਿੰਦੇ ਹਨ ਮਤ ਕੋਈ ਖਿਆਲ ਕਰੇ ਕਿ ਇਹ ਬੜੀ ਕਵਿਤਾ ਹੈ ਜਾਂ ਇੱਕ ਪੋਇਟਰੀ ਹੈ ਜਾਂ ਖਿਆਲ ਹਨ ਹਜ਼ੂਰ ਨੇ ਪਹਿਲੀ ਵਾਰੀ ਸ਼ਾਇਦ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸੌ ਖਾਦੀ ਹੈ ਉਹਨਾਂ ਨੇ ਅਕਾਲ ਪੁਰਖ ਦੀ ਸੌ ਖਾਦੀ ਹੈ ਹਜ਼ੂਰ ਕਹਿੰਦੇ ਹਨ ਯਾ ਮੈਂ ਰੰਚਨਾ ਮਿੱਥਿਆ ਬਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਪਰਮਾਤਮਾ ਹਾਜ਼ਰ ਨਾਜ਼ਰ ਹੈ ਗੁਰੂ ਹਾਜ਼ਰ ਨਾਜ਼ਰ ਹੈ ਵਾਹਿਗੁਰੂ ਹਾਜ਼ਰ ਨਾਜ਼ਰ ਹੈ ਕਿ ਇਹ ਜੋ ਮੈਂ ਗੱਲ ਕਹਿ ਰਿਹਾ ਹਾਂ ਇਹ ਬਿਲਕੁਲ ਸਹੀ ਹੈ ਇਹ ਜੋ ਮਕਸਦ ਸੀ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੇ ਪੈਰੋਕਾਰ ਮੁਹੰਮਦਨ ਖਵਾਏ حضرت ঈਸਾ ਨੂੰ ਮੰਨਣ ਵਾਲੇ ਈਸਾਈ ਹਨ ਬੁੱਧ ਨੂੰ ਮੰਨਣ ਵਾਲੇ ਬੋਧੀ ਹਨ ਵਿਸ਼ਨੂੰ ਨੂੰ ਮੰਨਣ ਵਾਲੇ ਵੈਸ਼ਨਵ ਹਨ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਆਸ਼ਕ ਉਹ ਉਹਨਾਂ ਦੇ ਪਿਆਰੇ ਉਹ ਗੋਬਿੰਦੀਏ ਨਹੀਂ ਹਨ ਉਹ ਨਾਨਕੀਏ ਨਹੀਂ ਹਨ ਉਹ ਕੌਣ ਹਨ ਉਹ ਵਾਹਿਗੁਰੂ ਜੀ ਦਾ ਖਾਲਸਾ ਹੈ ਤੇ ਫਤਿਹ ਵੀ ਵਾਹਿਗੁਰੂ ਜੀ ਦੀ ਹੈ ਸੋ ਇਹ ਜੋ ਰਾਜ਼ ਹੈ ਇਹ ਵਾਹਿਗੁਰੂ ਜੀ ਦਾ ਖਾਲਸਾ ਬਣਨ ਦੀ ਖਾਲਸਾ ਦਾ ਲਫ਼ਜ਼ੀ ਅਰਥ ਇਹ ਜੋ ਡਿਕਸ਼ਨਰੀਸ ਦਾ ਹੈ ਇਹ ਕਾਨੂੰਨੀ ਲਫ਼ਜ਼ ਕਾਨੂੰਨੀ ਲੁਗਤ ਜਾਂ ਕਾਨੂੰਨੀ ਡਿਕਸ਼ਨਰੀ ਦੇ ਵਿੱਚ ਵੀ ਆਂਦਾ ਹੈ ਲੀਗਲ ਡਿਕਸ਼ਨਰੀ ਵਿੱਚ ਦੋ ਕਿਸਮ ਦੀਆਂ ਜ਼ਮੀਨਾਂ ਹੁੰਦੀਆਂ ਹਨ ਇੱਕ ਜਾਗੀਰੀ ਲੈਂਡ ਇੱਕ ਖਾਲਸਾ ਲੈਂਡ ਜਾਗੀਰੀ ਲੈਂਡ ਉਹ ਜ਼ਮੀਨ ਹੁੰਦੀ ਹੈ ਜਿਹੜੀ ਕਿ ਲੋਕਲ ਹਾਕਮਾਂ ਦੇ ਅਧੀਨ ਜਾਂ ਅਧਿਕਾਰੀਆਂ ਦੇ ਅਧੀਨ ਹੁੰਦੀ ਹੈ ਔਰ ਜਿਹੜੀ ਖਾਲਸਾ ਜ਼ਮੀਨ ਉਹ ਜ਼ਮੀਨ ਹੈ ਜਿਹੜੀ ਕਿ ਸਿੱਧੀ ਬਾਦਸ਼ਾਹ ਦੇ ਅੰਦਰ ਅੰਡਰ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਬਣਾ ਕੇ ਇਸ ਦਾ ਰਿਸ਼ਤਾ ਸਿੱਧਾ ਵਾਹਿਗੁਰੂ ਜੀ ਨਾਲ ਜੋੜ ਕੇ ਇਸ ਨੂੰ ਕਾਲਪੁਰਖੀ ਫੌਜ ਕਹਿ ਦਿੱਤਾ ਖਾਲਸਾ ਕਾਲਪੁਰਖੀ ਫੌਜ ਇਹ ਇਸ ਦਾ ਮਕਸਦ ਸੀ ਹੁਣ ਇੱਕ ਛੋਟੇ ਜੇ ਬ੍ਰੇਕ ਦਾ ਸਮਾਂ ਹੈ ਛੋਟੇ ਜੇ ਵਕਫਾ ਲਵਾਂਗੇ ਉਸ ਤੋਂ ਬਾਅਦ ਫਿਰ ਹਾਜ਼ਰ ਹੋ ਕੇ ਅਸੀਂ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ ਔਰ ਉਸ ਤੋਂ ਬਾਅਦ ਅਸੀਂ ਆਪਦੀਆਂ ਕਾਲਸ ਵੀ ਲਵਾਂਗੇ ਤਾਂ ਕਿ ਇਸ ਪਾਵਨ ਮੌਕੇ ਦੇ ਉੱਤੇ ਹੋਰ ਕੁਝ ਨਹੀਂ ਤਾਂ ਆਪ ਤੋਂ ਵਧਾਈਆਂ ਪ੍ਰਾਪਤ ਕਰੀਏ ਔਰ ਆਪ ਨੂੰ ਵਧਾਈ ਦੇ ਸਕੀਏ ਸੋ ਅਸੀਂ ਹੁਣ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਇਸ ਸੈਗਮੈਂਟ ਵਿੱਚ ਆਪ ਦਾ ਇੱਕ ਵਾਰ ਫਿਰ ਸਵਾਗਤ ਹੈ ਖਾਲਸੇ ਦੇ ਸਿਰਜਣਾ ਦਿਵਸ ਦੀ ਇੱਕ ਵਾਰ ਫਿਰ ਆਪ ਨੂੰ ਵਧਾਈ ਦਿੰਦੇ ਹਾਂ ਅਸੀਂ ਇਸ ਪ੍ਰੋਗਰਾਮ ਨੂੰ ਜਾਰੀ ਰੱਖ ਰਹੇ ਹਾਂ ਅਕਟਰ ਲੋਨੀ ਰੈਜ਼ੀਡੈਂਟ ਏਜੰਸੀ ਜਦੋਂ ਅੰਗਰੇਜ਼ ਹਿੰਦੁਸਤਾਨ ਵਿੱਚ ਆਏ ਤਾਂ ਉਹਨਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਜਦੋਂ ਆਪਣਾ ਮੁਖਾਮ ਕਾਇਮ ਕੀਤਾ ਤਾਂ ਉਸ ਵੇਲੇ ਵੱਡੇ ਕੱਲੂ ਕਾਰਿਆਂ ਦੇ ਬਾਅਦ ਸਿੱਖ ਪੰਜਾਬ ਦੇ ਸਿੱਖ ਕਾਫੀ ਦੂਰ ਦੂਰ ਤੱਕ ਮਾਰ ਕਰਦੇ ਹੋਏ ਤਕਰੀਬਨ ਪੂਰੇ ਪੰਜਾਬ ਦੇ ਉੱਤੇ ਕਾਬਜ਼ ਹੋ ਚੁੱਕੇ ਸਨ ਬਲਕਿ ਸਹਾਰਨਪੁਰ ਮੇਰਠ ਔਰਸਤੋ ਅੱਗੇ ਤੱਕ ਉਹਨਾਂ ਦੇ ਕਬਜ਼ੇ ਸਨ ਛੋਟੀਆਂ-ਛੋਟੀਆਂ रियासतਾਂ ਸਿੱਖਾਂ ਦੇ ਅੰਡਰਸਨ ਅਕਟਰ ਨੋਨੀ ਅੰਗਰੇਜ਼ ਸੀ ਫਰੰਗੀ ਸੀ ਚਾਲਾਕ ਸੀ ਉਹ ਜਾਣਨਾ ਚਾਹੁੰਦਾ ਸੀ ਕਿ ਇਹ ਕੌਣ ਹਨ ਉਸਨੇ ਇੱਕ ਮੀਟਿੰਗ ਸੱਦੀ ਜਿਸ ਵਿੱਚ ਕਾਫੀ ਸਰਦਾਰ ਜਿਨ੍ਹਾਂ ਨੇ ਰੇਸ਼ਮੀ ਬੱਗਾਂ ਬਨੀਆਂ ਸਨ ਬੜੇ ਸੋਹਣੇ ਉਹਨਾਂ ਦੀ ਪੋਸ਼ਾਕ ਸੀ ਤਿੱਲੇ ਵਾਲੀਆਂ ਜੁੱਤੀਆਂ ਸਨ ਔਰ ਬੜੇ ਦਿਖ ਸੀ ਉਹਨਾਂ ਦੀ ਉਹ ਸਰਦਾਰ ਜਦੋਂ ਇਕੱਤਰ ਹੋ ਗਏ ਉਸਵੇਲੇ ਉਸਨੇ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਸਦੀਆਂ ਦੀ ਬਣੀ ਹੋਈ ਹਕੂਮਤ ਸੀ ਇੱਕ ਕਾਨੂੰਨੀ ਹਕੂਮਤ ਸੀ ਜਿਹੜੀ ਤੁਸੀਂ ਜੜੋਂ ਖੇੜ ਦਿੱਤੀ ਕੀ ਤੁਹਾਨੂੰ ਰਾਜ ਕਰਨ ਦਾ ਪਟਾ ਕਿਸਨੇ ਦਿੱਤਾ ਹੈ ਉਹ ਸਾਰੇ ਇੱਕ ਦੂਸਰੇ ਦਾ ਮੂੰਹ ਦੇਖਣ ਲੱਗ ਪਏ ਕੋਈ ਜਵਾਬ ਨਾ ਦੇ ਸਕੇ ਤਾਂ ਉਸਨੇ ਫਿਰ ਦੂਸਰਾ ਸਵਾਲ ਕੀਤਾ ਤੁਹਾਡੀ ਤਵਾਰੀਖ ਕੀ ਹੈ ਇਤਿਹਾਸ ਕੀ ਹੈ ਤੁਹਾਡੀ ਤਵਾਰੀਖ ਕੀ ਹੈ ਤਾਂ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਉਹ ਕੀ ਹੁੰਦੀ ਹੈ ਇਹੀ ਸਾਡੀ ਇਤਰਾਸ ਦੀ ਹੈ ਸਿੱਖ ਇਤਿਹਾਸ ਬਣਾਉਂਦੇ ਹਨ ਸਾਹਮਦੇ ਨਹੀਂ ਜਦੋਂ ਇਹ ਵਾਕ ਘਟਨਾ ਵਾਪਰੀ ਤਾਂ ਉਸ ਵੇਲੇ ਅਕਟਰ ਲੋਨੀ ਨੇ ਮੌਲਵੀ ਬੂਟੇ ਸ਼ਾਹ ਦੀ ਡਿਊਟੀ ਲਗਾਈ ਜੋ ਲੁਧਿਆਣਾ ਆਫਿਸ ਕੰਪਨੀ ਬਹਾਦਰ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ ਕਿ ਇਹਨਾਂ ਦਾ ਇਤਿਹਾਸ ਤੂੰ ਮੈਨੂੰ ਲਿਖ ਕੇ ਦੱਸ ਮੌਲਵੀ ਬੂਟੇ ਸ਼ਾਹ ਜਦੋਂ ਇਤਿਹਾਸ ਲਿਖਣ ਲੱਗਾ ਪਾਈ ਰਤਨ ਸਿੰਘ ਪੰਗੂ ਪੰਥ ਦਾ ਪਹਿਲਾ ਇਤਿਹਾਸਕਾਰ ਹੈ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਅਕਟਰ ਲੋਨੀ ਦੇ ਕੋਲ ਆ ਗਿਆ ਕਹਿਣ ਲੱਗਾ ਕਿ ਮੇਰੇ ਬਾਬੇ ਨੇ ਬੱਸਾ ਰੰਗੜ ਨੂੰ ਸੋਧਿਆ ਸੀ ਮੈਂ ਤੈਨੂੰ ਦੱਸਾਂਗਾ ਕਿ ਇਹ ਹੋਇਆ ਕੀ ਸੀ ਅਕਟਰ ਲੋਨੀ ਨੇ ਉਸ ਨੂੰ ਕੁਝ ਤਾਰੀਖਾਂ ਪੁੱਛੀਆਂ ਜਿਹੜਾ ਉਸ ਨੇ ਸਾਰੇ ਵੇਰਵੇ ਦਿੱਤੇ ਤਾਂ ਉਹ ਕਾਫੀ ਪ੍ਰਭਾਵਿਤ ਹੋਇਆ ਉਸ ਦੇ ਉੱਤੇ ਉਸ ਨੇ ਇੱਕ ਸਵਾਲ ਕੀਤਾ ਅਕਟਰ ਲੋਨੀ ਨੇ ਬਹੁਤ ਹੀ ਤਿੱਖਾ ਸਵਾਲ ਸੀ ਬਹੁਤ ਚੁਭਵਾ ਸਵਾਲ ਸੀ ਜਿਹੜਾ ਕਿ ਅੱਜ ਵੀ ਰੈਲੇਵੈਂਟ ਹੈ ਔਰ ਉਸ ਦੀ ਪ੍ਰਸੰਗਿਕਤਾ ਅਜੇ ਵੀ ਕਾਇਮ ਹੈ ਅਕਤਰ ਲੋਨੀ ਨੇ ਭਾਈ ਰਤਨ ਸਿੰਘ ਪੰਗੂ ਨੂੰ ਸਵਾਲ ਕੀਤਾ ਕਿ ਸ਼੍ਰੀ ਰਾਮਚੰਦਰ ਜੀ ਨੇ ਆਪਣੀ ਔਲਾਦ ਲਵ ਔਰ ਕੁਸ਼ ਨੂੰ ਰਾਜ ਦੇ ਦਿੱਤਾ ਸ਼੍ਰੀ ਕ੍ਰਿਸ਼ਨ ਨੇ ਵੀ ਆਪਣੀ ਸੰਤਾਨ ਨੂੰ ਰਾਜ ਪਾਠ ਦੇ ਦਿੱਤਾ ਤੂੰ ਮੈਨੂੰ ਇੱਕ ਗੱਲ ਦੱਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਬੱਚੇ ਸੀ ਜਿਉ ਆਪਣੀ ਸੰਤਾਨ ਨੂੰ ਨਹੀਂ ਸਾਂਭ ਸਕੇ ਆਪਣੀ ਔਲਾਦ ਨਹੀਂ ਬਚਾ ਸਕੇ ਤਾਂ ਤੁਹਾਨੂੰ ਕੀ ਦੇ ਕੇ ਜਾਣਗੇ ਬਹੁਤ ਦੁਖਦਾਈ ਔਰ ਚੁਬਾ ਸਵਾਲ ਸੀ ਪਰ ਭਾਈ ਰਤਨ ਸਿੰਘ ਪੰਗੂ ਨੇ ਜੋ ਜਵਾਬ ਦਿੱਤਾ ਜੋ ਅੰਕਤ ਕੀਤਾ ਉਹ ਵਿਚਾਰ ਗੋਚਰੇ ਹੈ ਰਤਨ ਸਿੰਘ ਪੰਗੂ ਕਹਿਣ ਲੱਗਾ ਬਾਦਸ਼ਾਹ ਸਾਹ ਬਹਾਦਰ ਦਰਸਲ ਇਹ ਜੋ ਕਾ ਹੁੰਦੀ ਹੈ ਇਸ ਨੂੰ ਸਾਹਿਤ ਦੇ ਵਿੱਚ ਧਰਤੀ ਪੁੱਤਰ ਕਿਹਾ ਜਾਂਦਾ ਇਹ ਆਪੇਯੋਗ ਪੈਂਦੀ ਹੈ ਇਸਦੇ ਲਈ ਕੋਈ ਤਰੰਦਰਦ ਨਹੀਂ ਕਰਨਾ ਪੈਂਦਾ ਪਰ ਇੱਕ ਗੱਲ ਯਾਦ ਰੱਖ ਜਿੱਥੇ ਧਰਤੀ ਪੁੱਤਰ ਹੁੰਦਾ ਹੈ ਜਿੱਥੇ ਕਾਹ ਪੈਦਾ ਹੁੰਦੀ ਹੈ ਉਹ ਬਹੁਤ ਸੋਹਣੀ ਲੱਗਦੀ ਹੈ ਪਰ ਉੱਥੇ ਫਸਲ ਨਹੀਂ ਹੁੰਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਨਵਤਾ ਦੇ ਭਲੇ ਲਈ ਇਨਸਾਨੀਅਤ ਦੇ ਭਲੇ ਲਈ ਉਹਨਾਂ ਨੇ ਆਪਣਾ ਧਰਤੀ ਪੁੱਤਰ ਨਹੀਂ ਉਗਣ ਦਿੱਤਾ ਉਹਨਾਂ ਨੇ ਇੱਥੇ ਖਾਲਸੇ ਦੀ ਫਸਲ ਤਿਆਰ ਕੀਤੀ ਖਾਲਸੇ ਦੀ ਫਸਲ ਪੈਦਾ ਕੀਤੀ ਇਹ ਜੋ ਖਾਲਸੇ ਦੀ ਫਸਲ ਹੈ ਇਹ ਜੋ ਇੱਕ سلسلہ ਹੈ ਜਿਹੜਾ ਉਸ ਦਿਨ ਤੋਂ ਸ਼ੁਰੂ ਹੋਇਆ ਹੈ ਉਹ سلسلہ ਚੱਲ ਰਿਹਾ ਹੈ ਇਸਾਈਅਤ ਦੇ ਵਿੱਚ ਬੈਪਟਿਸਮ ਦੀ ਰਸਮ ਹੈ ਜਿਹੜੀ ਬੱਚੇ ਦੀ ਕਿਸੇ ਉਮਰ ਦੇ ਉੱਤੇ ਕਰ ਦਿੱਤੀ ਜਾਂਦੀ ਹੈ ਯੱਗੋ ਪਵਿੱਤ ਦੀ ਰਸਮ ਇੱਕ ਉਮਰ ਆਣ ਤੇ ਹੋ ਜਾਂਦੀ ਹੈ ਸੁੰਨਤ ਦੀ ਰਸਮ ਇੱਕ ਉਮਰ ਦੇ ਉੱਤੇ ਕਰ ਦਿੱਤੀ ਜਾਂਦੀ ਹੈ ਪਰ ਖਾਲਸੇ ਦੀ અમૃત ਦੀ ਦਾਤ પ્રાપ્ત ਕਰਨ ਦੀ ਕੋਈ ਉਮਰ ਨਹੀਂ ਨਿਸ਼ਚਿਤ ਕੀਤੀ ਗਈ ਹੈ ਇਹ ਕੋਈ ਜ਼ਬਰਦਸਤੀ ਨਹੀਂ ਹੈ ਇਹ ਤਾਂ ਉਸ ਦੇ ਉੱਤੇ ਆਪਣੇ ਆਪ ਦੇ ਉੱਤੇ ਮਨਸਰ ਹੈ ਕਿ ਸਿੱਖ ਨੇ ਕੀ ਵਡਪਾਗੀ ਬਣਨਾ ਹੈ ਕੀ ਉਸ ਨੇ ਗੁਰੂ ਵਾਲਾ ਬਣਨਾ ਹੈ ਕੀ ਉਸ ਦੇ ਅੰਦਰ ਉਹ ਚਿੰਗ ਪੈਦਾ ਹੋਏਗੀ ਕਿ ਉਸ ਨੇ ਗੁਰੂ ਨਾਲ ਆਪਣਾ ਰਿਸ਼ਤਾ ਪੈਦਾ ਕਰਨਾ ਹੈ ਕੀ ਉਸ ਨੇ ਗੁਰੂ ਨਾਲ ਆਪਣਾ ਰਿਸ਼ਤਾ ਜੋੜਨਾ ਹੈ ਇਹ ਜੋ ਰਾਜ਼ ਹੈ ਇਹ سلسلہ ਹੁਣ ਵੀ ਚੱਲ ਰਿਹਾ ਹੈ ਜਿਵੇਂ ਅਸੀਂ ਅਗਲੀ ਤਸਵੀਰ ਵਿੱਚ ਦੇਖ ਰਹੇ ਹਾਂ ਔਰ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਜਿੱਥੇ-ਜਿੱਥੇ ਵੀ ਕਿਧਰੇ ਵੀ ਖਾਲਸਾ ਹੈ ਜਿੱਥੇ ਵੀ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਤਾਂ ਉਹ ਇਹੋ ਤਰੀਕਾ ਹੈ ਔਰ ਇਸੇ ਤਰੀਕੇ ਦੇ ਨਾਲ ਉਸ ਨੂੰ ਉਹੀ ਬਾਣੀਆਂ ਪੜ੍ਹ ਕੇ ਉਹੀ ਪੰਜ ਬਾਣੀਆਂ ਹਨ ਉਹੀ ਵਿਧੀ ਹੈ ਉਹੀ ਤਰੀਕਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਜਿਹੜਾ ਉਹਨਾਂ ਨੇ ਪ੍ਰਾਰੰਭ ਕੀਤਾ ਸੀ ਇਸ ਤੋਂ ਬਾਅਦ ਜਦੋਂ ਖਾਲਸਾ ਤਿਆਰ ਹੋ ਗਿਆ ਜਦੋਂ ਖਾਲਸੇ ਨੇ ਮੱਲਾ ਮਾਰੀਆਂ ਜਦੋਂ ਖਾਲਸੇ ਨੇ ਉਹ ਹਕੀਕੀ ਫਰਜ਼ ਅਦਾ ਕੀਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਕਈ-ਕਈ ਹਮਲੇ ਕੀਤੇ ਦਰਅਸਲ ਪਾਰਤ ਦੇ ਉੱਤੇ ਇਕਤਰਾਸ ਦੀ ਰਹੀ ਹੈ ਇਤਿਹਾਸਕ ਸੱਚ ਹੈ ਕਿ ਪਾਣੀਪਤ ਦੇ ਮੁਕਾਮ ਦੇ ਉੱਤੇ ਬਾਹਰ ਦੀਆਂ ਦੋ ਫੌਜਾਂ ਆ ਕੇ ਲੜ ਰਹੀਆਂ ਸਨ ਇੱਕ ਮੁਗਲ ਸਨ ਇੱਕ ਪਠਾਨ ਸਨ ਮੁਗਲ ਪਠਾਨਾ ਪਈ ਲੜਾਈ ਸਾਹਿਬ ਸਿਰ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਹੈ ਪਰ ਜਦੋਂ ਖਾਲਸੇ ਦੀ ਉਸ ਫੌਜ ਨੇ ਕਾਲਪੁਰਖ ਦੀ ਉਸ ਫੌਜ ਨੇ ਉਹਨਾਂ ਦਾ ਮੂੰਹ ਮੋੜਿਆ ਜਿਹੜੇ ਭੇਡਾਂ ਚਾਰਦੇ ਆਜੜੀ ਉੱਥੋਂ 20-20 ਦੀ ਟਾਣੀ ਲੈ ਕੇ ਇੱਥੇ ਦੀ ਅਜ਼ਮਤ ਔਰ ਇੱਜ਼ਤ ਨੂੰ ਟਕੇ ਟਕੇ ਗਜ਼ਨੀ ਦੇ ਬਾਜ਼ਾਰਾਂ 'ਚ ਵੇਚਣ ਲਈ ਆਂਦੇ ਸੀ ਉਹ ਰਸਤਾ ਨਾ ਕੇਵਲ ਬੰਦ ਕੀਤਾ ਬਲਕਿ ਉਹ ਪੁੱਠੇ ਪਾਸੇ ਤੋੜਿਆ ਜਦੋਂ ਨਾਦਰ ਸ਼ਾ ਦਿੱਲੀ ਨੂੰ ਲੁੱਟ ਕੇ ਜਦੋਂ ਵਾਪਸ ਜਾ ਰਿਹਾ ਸੀ ਉਸ ਤੋਂ ਪਹਿਲੇ ਅਹਿਮਦ ਸ਼ਾਹ ਅਬਦਾਲੀ ਜਿਸ ਨੇ ਕਈ ਕਈ ਹਮਲੇ ਕੀਤੇ ਔਰ ਖਿਜ ਕੇ ਗੁੱਸੇ ਵਿੱਚ ਆ ਕੇ ਜਿਸ ਨੇ ਹਰਮੰਦਰ ਸਾਹਿਬ ਨੂੰ ਵੀ ਤਬਾਹ ਕੀਤਾ ਤਾਂ ਉਸ ਵੇਲੇ ਪੰਜਾਬ ਦੇ ਸਿੰਘੇ ਪੜਦੇ ਸੀ ਕਿ ਗੁਰੂ ਸਾਹਿਬ ਕਹਿ ਗਏ ਹਨ ਕਾਬਲ ਤੇ ਕੁੱਤਾ ਮੰਗਵਾਉਂ ਮੁਗਲੋਂ ਤਾਂ ਹੀ ਤੜਾਉਂ ਦਿੱਲੀ ਤਖਤ ਉਡਾਉਂ ਜੜ ਤੇ ਸਿੰਘਨ ਕੋ ਬਿਠਵਾਉਂ ਔਰ ਉਸ ਵੇਲੇ ਜਦੋਂ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਜਦੋਂ ਵਾਪਸ ਜਾ ਰਿਹਾ ਸੀ ਉਸ ਦਾ ਪਾਰ ਹੌਲਾ ਕਰ ਦਿੱਤਾ ਉਹ ਬੜੇ ਖਿਜ ਕੇ ਗੁੱਸੇ ਦੇ ਵਿੱਚ ਉਸ ਨੇ ਲਾਹੌਰ ਦੇ ਗਵਰਨਰ ਨੂੰ ਸੱਦਿਆ ਔਰ ਕਹਿਣ ਲੱਗਾ ਇਹ ਕੌਣ ਹਨ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ ਹੈ ਤੂੰ ਮੈਨੂੰ ਇਹਨਾਂ ਦੇ ਬਾਰੇ ਦੱਸ ਇਹਨਾਂ ਦਾ ਘਰ ਕਾਟ ਕਿੱਥੇ ਹੈ ਉਹ ਕਹਿਣ ਲੱਗਾ ਇਹਨਾਂ ਦਾ ਘਰ ਕਾਟ ਕੋੜੀਆਂ ਦੀਆਂ ਕਾਠੀਆਂ ਹਨ ਉਹ ਕਹਿੰਦਾ ਇਹ ਖਾਂਦੇ ਕੀ ਹਨ ਸ਼ਾਜ਼ਮਾਨ ਕਹਿਣ ਲੱਗਾ ਦਰਖਤਾਂ ਦੇ ਪੱਤੇ ਇਹ ਜੋ ਤਸਵੀਰ ਆਪ ਦੇਖ ਰਹੇ ਹੋ ਇਹ ਨਾਦਰ ਸ਼ਾਹ ਦੀ ਉਹ ਤਸਵੀਰ ਹੈ ਉਸ ਵੇਲੇ ਜੋ ਨਾਦਰ ਸ਼ਾਹ ਨੂੰ ਜੋ ਉਸ ਵੇਲੇ ਦੇ ਗਵਰਨਰ ਨੇ ਜੋ ਦੱਸਿਆ ਜੋ ਖਾਲਸੇ ਦੀ ਉਪਮਾ ਖਾਲਸੇ ਦੀ ਜੋ ਕਿਰਦਾਰ ਬਾਰੇ ਜੋ ਦੱਸਿਆ ਉਹ ਸਾਡੇ ਲਈ ਚਾਨਣ ਮਨਾਰਾ ਹੈ ਉਸ ਨੇ ਅੱਜ ਦੇ ਦਿਨ ਬਾਰੇ ਭਾਵੇਂ ਕਹਿ ਲੋ ਉਸ ਨੇ ਜੋ ਖਾਲਸੇ ਦੀ ਜਾਣ ਪਛਾਣ ਕਰਾਈ ਉਹ ਕਹਿਣ ਲੱਗਾ ਮੁਰਸ਼ਦ ਇਨਕਾ ਵਲੀ ਭੇਉ ਹੈ इनको आबे हयात दयो है गजब असर तिसका हम देखा बुजदल होवत शेर वसेखा कान न कहूं का की ये राखत और खान न कहूं की ये राखत शहन शाह खुद ही को पाखत और सबन को जीव चुरासी मानत आप ही अबनाशी ये कि असी नहीं मरना असी अमृत की दात प्राप्त की है असी नहीं मरांगे असी अबनाशी हाँ क्योंकि दरअसल अमृत तो पहले भी सी अमृत की गलता पहले भी चल रही थी आबे हयात की गलता पहले भी सी कि चश्मा जिस दे अमृत है जिसन पी के मौत नहीं आएगी और जिस दे द्वारे दे उत्ते जिस दे दर के दे जिस दा पहरेदार खिजर है ताहीं होता जौक ने भी किया लाई हयात आए कजा ले चली चले अपनी खुशी ना आए ना अपनी खुशी चले ਬਿਹਤਰ ਤੋਂ ਹੈ ਯਹੀ ਕਿ ਦੁਨੀਆਂ ਸੇ ਚਲੇ ਦੁਨੀਆਂ ਸੇ ਦਿਲ ਨ ਲਗੇ ਪਰ ਇਹ سلسلہ ਹੈ ਅਖੀਰ ਦੇ ਵਿੱਚ ਉਹ ਕਹਿੰਦਾ ਹੈ ਉਮਰ ਖਿਜ਼ਰ ਹੋ ਜੇ ਖਿਜ਼ਰ ਜਿੰਨੀ ਉਮਰ ਹੋ ਜਾਏ ਜੇ ਲੱਖਾਂ ਬਰੇ ਉਮਰ ਵੀ ਹੋ ਜਾਏ ਉਮਰ ਖਿਜ਼ਰ ਹੋ ਤੋ ਵੀ ਕਹੇਂਗੇ ਬਵਕਤ ਮਰਗ ਹਮ ਕਿਆ ਰਹੇ ਯਹਾਂ ਅਭੀ ਆਏ ਅਭੀ ਚਲੇ ਇਥੋ ਕੋਈ ਜਾਣਾ ਨਹੀਂ ਚਾਹਦਾ ਰਾਜ ਨ ਕੋਈ ਜੀਵਿਆ ਅੰਮ੍ਰਿਤ ਨੂੰ ਲੋਕ ਮੰਗਦੇ ਸੀ ਅੰਮ੍ਰਿਤ ਦੀ ਪ੍ਰਾਪਤੀ ਦੀ ਯਾਚਨਾ ਕਰਦੇ ਸੀ ਪਰ ਉਸ ਦਾ ਮਕਸਦ ਸੀ ਕਿ ਸਰੀਰਕ ਮੌਤ ਨਾ ਹੋਏ ਗੁਰੂ ਸਾਹਿਬ ਨੇ ਕਿਹਾ ਆਓ ਤੁਹਾਨੂੰ ਅੰਮ੍ਰਿਤ ਦਿੰਦੇ ਹਾਂ ਪਰ ਇਸ ਸਰੀਰ ਨਾਲ ਇਸ ਦਾ ਤੱਲਕ ਨਹੀਂ ਤੁਹਾਡੀ ਜੋਤ ਤੁਹਾਡੀ ਜੋਤ ਉਸ ਜੋਤ ਵਿੱਚ ਰਲ ਜਾਏਗੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਫਿਰ ਨਾ ਜਨਮ ਹੈ ਨਾ ਮਰਨ ਹੈ ਇਹ ਅਮਰਤਾ ਪ੍ਰਾਪਤ ਐਸੀ ਹੋ ਜਾਏਗੀ ਇਹ ਜਿਹੜੀ ਗੱਲ ਨਾਦਰ ਸ਼ਾਹ ਨੂੰ ਕਹੀ ਮੁਰਸ਼ਦ ਇਨ ਕਾ ਵਲੀ ਵਯੋ ਹੈ ਇਨਕੋ ਆਬੇ ਹਯਾਤ ਦਇਓ ਹੈ ਇਹ ਆਬੇ ਹਯਾਤ ਇਹ ਅਮਰਤ ਦੀ ਦਾਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਨੂੰ ਦਿੱਤੀ ਸੋ ਇਹ ਜੋ ਇਸ ਤੋਂ ਅਗਲੀ ਤਸਵੀਰ ਜੋ ਹੈ ਇਹ ਤਸਵੀਰ ਬਹੁਤ ਅਹਿਮ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜੋ ਕੌਤਕ ਕੀਤਾ ਇਸ ਦਿਨ ਦਰਅਸਲ ਜਿਸ ਤਰ੍ਹਾਂ ਦਾ ਪ੍ਰਾਣਿਕ ਤਰੀਕਾ ਸੀ ਕਿ ਬ੍ਰਹਮਣ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹਾ ਕਿ ਹੁਣ ਲੋੜ ਹੈ ਦੇਵੀ ਪ੍ਰਗਟ ਕਰਨ ਦੀ ਤਾਂ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹ ਸਮਗਰੀ ਚਾਹੀਦੀ ਹੈ ਇਹ ਸਾਰਾ ਕੁਝ ਚਾਹੀਦਾ ਹੈ ਤਾਂ ਜਿਸ ਵੇਲੇ ਉਹ ਸਾਰਾ ਨਾਟਕ ਕੋਈ ਕੰਮ ਨਾ ਦੇ ਸਕਿਆ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਸਾਰੀ ਦੀ ਸਾਰੀ ਜੋ ਸਮਗਰੀ ਸੀ ਉਸ ਹਵਨਕੁੰਡ ਦੇ ਵਿੱਚ ਸਟਵਾ ਕੇ ਉਹਨਾਂ ਨੇ ਹੱਥ ਵਿੱਚ ਦੰਗੀ ਤਲਵਾਰ ਕੱਢ ਕੇ ਉਹਨਾਂ ਨੇ ਕਿਹਾ ਇਹੀ ਪਵਾਨੀ ਹੈ ਇਹੀ ਦੇਵੀ ਹੈ ਇਹੀ ਭਗਉਤੀ ਹੈ ਔਰ ਹਜ਼ੂਰ ਨੇ ਇਹ ਕਿਹਾ ਮੈਂ ਪ੍ਰਥਮ ਭਗਉਤੀ ਨੂੰ ਸਿਮਰਾਂਗਾ ਦਰਸਲ ਇਸ ਤੋਂ ਪਹਿਲੇ ਪ੍ਰਥਮ ਗਣੇਸ਼ ਦੀ ਅਰਾਧਨਾ ਕੀਤੀ ਜਾਂਦੀ ਸੀ ਪਰ ਹਜ਼ੂਰ ਨੇ ਕਿਹਾ ਮੈਂ ਨਾ ਗਣੇਸ਼ੇ ਪ੍ਰਥਮ ਬਣਾऊं ਫਿਰ ਮੈਂ ਕਿਸ ਦੀ ਅਰਾਧਨਾ ਕਰਾਂਗਾ ਉਹਨਾਂ ਨੇ ਕਿਹਾ ਪ੍ਰਥਮ ਭਗਉਤੀ ਸਿਮਰ ਕੇ ਫਿਰ ਉਹ ਭਗਉਤੀ ਕਿਹੜੀ ਹੈ ਹਜ਼ੂਰ ਨੇ ਸਪਸ਼ਟ ਵੀ ਕਰ ਦਿੱਤਾ ਉਹ ਭਗਉਤੀ ਹੈ ਜਿਹੜੀ ਵਾਰਸਰੀ ਭਗਉਤੀ ਜਿਹ ਖਜ਼ੂਰ ਨੇ ਕਿਹਾ ਤੈਹੀਂ ਦੁਰਗਾ ਸਾਜ ਕੇ दैਤਾਂ ਦਾ ਨਾਸ਼ ਕਰਾਇਆ ਐ ਭਗਉਤੀ ਤੂੰ ਦੁਰਗਾ ਨੂੰ ਬਣਾਇਆ ਹੁਣ ਜੇਕਰ ਇਸ ਦੇ ਅਰਥ ਇਹ ਲੈ ਲੈ ਜਾਣ ਕਿ ਭਗਉਤੀ ਦਾ ਅਰਥ ਦੁਰਗਾ ਹੈ ਤਾਂ ਫਿਰ ਇਹ ਗੱਲ ਬਣੇਗੀ ਨਹੀਂ ਹਜ਼ੂਰ ਸਪਸ਼ਟ ਕਰ ਰਹੇ ਹਨ ਤੈਹੀਂ ਦੁਰਗਾ ਸਾਜ ਕੇ दैਤਾਂ ਦਾ ਨਾਸ਼ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈਸਰ ਕਾਇਆ ਤੈ ਤੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਇਹ ਹਜ਼ੂਰ ਦੀ ਪਗੋਤੀ ਉਹ ਵਾਹਿਗੁਰੂ ਹੈ ਉਹ ਅਕਾਲ ਪੁਰਖ ਹੈ ਉਹ ਸਰਵ ਸ਼ਕਤੀਮਾਨ ਪਰਮਾਤਮਾ ਹੈ ਤਾਂ ਹੀ ਕਰਕੇ ਹਜ਼ੂਰ ਨੇ ਜਿਹੜਾ ਨਿਤਨੇਮ ਦਿੱਤਾ ਜਿਹੜੀ ਜਿਹੜੀ ਸਭ ਕੁਝ ਖਾਲਸੇ ਨੂੰ ਦਿੱਤਾ ਉਸ ਵਿੱਚ ਰੋਜ਼ ਪੜਨ ਲਈ ਕਿਹਾ ਗਿਆ ਪਾਏ ਗਏ ਜਬ ਤੇ ਤੁਮਰੇ ਤਪਤੇ ਕੂਆਂਖ ਤਰੇ ਨਹੀਂ ਆਨੇਓ ਇਹ ਰਾਮਾ ਵਤਾਰ ਦੀਆਂ ਆਖਿਰ ਲੀਆਂ ਤੁਕਾਂ ਹਨ ਜਿਹੜੀਆਂ ਹਰ ਸਿੱਖ ਨੂੰ ਨਿਤਨੇਮ ਵਿੱਚ ਪੜਨੀਆਂ ਪੈਂਦੀਆਂ ਹਨ ਪਾਇਂ ਕਹੇ ਜਬਤੇ ਤੁਮਰੇ ਤਪਤੇ ਕਉ ਆਖ ਤੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੀਂ ਮਤ ਇਕ ਨ ਮੰਨੇਓ ਸਿਮਰਤ ਸ਼ਾਸਤਰ 베ਦ ਸਬੈ ਬਹੁ ਭੇਦ ਕਹੇ ਹਮ ਇਕ ਨ ਜਾਣੇਓ ਸ੍ਰੀ ਅਸਪਾਨ ਅਸਪਾਨ ਜਿਸ ਦੇ ਹੱਥ ਵਿੱਚ ਕਿਰਪਾਨ ਦਾ ਨਿਸ਼ਾਨ ਹੈ ਉਹ ਨਿਸ਼ਾਨ ਸਾਹਿਬ ਜਿਸ ਦੇ ਵਿੱਚ ਖੰਡੇ ਕਿਰਪਾਨਾਂ ਦਾ ਨਿਸ਼ਾਨ ਹੈ ਉਹ ਖੜਗਕੇਤ ਉਹ ਖੜਗਧੁਜ ਉਹ ਅਸਧੁਜ ਉਹ ਅਸਕੇਤ ਸ੍ਰੀ ਅਸਕੇਤ ਜਗਤ ਕੇ ঈਸਾ ਉਹ ਵਾਹਿਗੁਰੂ ਹੈ ਜਿਹੜਾ ਕਿ ਇਹ ਸ੍ਰੀ ਸਾਹਿਬ ਜਿਸ ਨੂੰ ਕਿਹਾ ਜਾਂਦਾ ਹੈ ਹਜ਼ੂਰ ਨੇ ਇਤਨਾ ਸਪਸ਼ਟ ਜਿਹੜਾ ਸੀ ਇਹ ਸਨੇਹਾ ਦਿੱਤਾ ਇਸ ਤੋਂ ਅਗਲੀ ਤਸਵੀਰ ਆਪ ਦੇਖੋਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋ ਚਿੰਨ ਹੈ ਇਹ ਉਹਨਾਂ ਦਾ ਨਿਸ਼ਾਨ ਹੈ ਇਹ ਉਹਨਾਂ ਦੇ ਦਸਕਤ કહે ਜਾ ਸਕਦੇ ਹਨ ਆਪ ਸਭ ਤੋਂ ਉੱਤੇ ਦੇਖੋਗੇ ਗੁਰੂ ਸਾਹਿਬ ਇੱਕ ਸ੍ਰੀ ਸਾਹਿਬ ਦਾ ਇੱਕ ਚਿੰਨ ਅੰਕਿਤ ਕਰਦੇ ਹਨ ਤਲਵਾਰ ਦਾ ਇੱਕ ਦਸਤਾ ਬਣਾਉਂਦੇ ਹਨ ਸ੍ਰੀ ਸਾਹਿਬ ਦਾ ਇੱਕ ਦਸਤਾ ਬਣਾਉਂਦੇ ਹਨ ਇਸ ਤੋਂ ਅਗਲੀ ਤਸਵੀਰ ਜੋ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਗਲੀ ਤਸਵੀਰ ਆਪ ਦੇਖੋਗੇ ਜਿਹੜੇ ਕਿ ਪਟਨਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਕਤ ਹਨ ਇਸ ਦੇ ਵਿੱਚ ਵੀ ਉਹੀ ਅੰਕਤ ਕੀਤਾ ਗਿਆ ਹੈ ਸੋ ਇਹ ਪਗੋਤੀ ਇਹ ਸ੍ਰੀ ਸਾਹਿਬ ਜਿਸ ਦੇ ਖੰਡਾ ਪ੍ਰਥਮੇ ਸਾਜ ਕੇ ਜਿਸ ਚੋਂ ਖਾਲਸੇ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਜ ਦੇ ਦਿਨ ਕੀਤੀ ਇਸ ਤੋਂ ਅਗਲੀ ਤਸਵੀਰ ਆਪ ਜੋ ਦੇਖ ਰਹੇ ਹੋ ਇਹ ਇੱਕ ਬਹੁਤ ਹੀ ਅਹਿਮ ਹੈ ਜਿਸ ਤਰ੍ਹਾਂ ਹੁਣੇ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਮਿਥਿਹਾਸਕ ਤੌਰ ਦੇ ਉੱਤੇ ਪਹਿਲੇ ਵੀ ਅਮਰਤ ਦੀ ਯਾਚਨਾ ਅਮਰਤ ਦੀ ਮੰਗ ਹੁੰਦੀ ਰਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਇਸ ਮਿਥ ਨੂੰ ਲੈ ਕੇ ਜੋ ਅੰਕਿਤ ਕੀਤਾ ਹੈ ਮਾਧਾਣਾ ਪਰਬਤ ਕਰਨੇਤਰ ਬਾਸਕ ਸਬਦ ਰੜਕਿਓਨ ਜੋ ਸਮੁੰਦਰ ਮੰਥਨ ਦੀ ਗੱਲ ਹੈ ਜੋ ਸਮੁੰਦਰ ਮੰਥਨ ਦੇ ਵਿੱਚੋਂ ਜੋ ਰੜਕ ਕੇ ਜੋ ਗੁਰੂ ਸਾਹਿਬ ਦੱਸਦੇ ਹਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸਬਦ ਰੜਕਿਅਨ 14 ਰਤਨ ਨਿਕਾਲਿਅਨ ਕਰ ਆਵਾ ਗਾਉਣ ਚਿਲਖਿਆ ਦਰਸਲ ਇਹ ਜੋ ਹੈ ਇੱਕ ਓ ਮਿਥਿਹਾਸਕ ਕਥਾ ਹੈ ਜਿਸ ਨੂੰ ਫਿਰ ਗੁਰਗੋਬਿੰਦ ਸਿੰਘ ਸਾਹਿਬ ਵੀ ਆਪ ਅੰਕਤ ਕਰਦੇ ਹਨ ਮਹਾ ਮੋਹਿਨੀ ਰੂਪ ਧਾਰਯੰ ਅਪਾਰੰਗ ਰਹੇ ਮੋਹਿ ਕੇ ਦਿੱਤ ਆਦਿਤਿਆ ਕੁਮਾਰੰ ਛਕੇ ਪ੍ਰੇਮ ਜੋਗੰ ਰਹੇ ਰੀਜ ਸਰਬੰ ਤਜੇ ਸ਼ਸਤਰ ਅਸਤਰੰ ਦੀਏ ਛੋਰ ਗਰਬੰ ਇਹ ਜੋ ਇੱਕ ਮਿਥਿਹਾਸਕ ਐਲਾਗੋਰ ਹੈ ਜਿਸ ਨੂੰ ਜਿਸ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਹੈ ਜਿਸ ਦਾ ਜ਼ਿਕਰ ਗੁਰੂ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜਿਸ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਹਨ ਦਰਅਸਲ ਇਹ ਸੰਖੇਪ ਵਿੱਚ ਹੈ ਕਿ ਜਦੋਂ ਸਮੁੰਦਰ ਮੰਥਨ ਹੋਇਆ ਉਸ ਦੇ ਵਿੱਚੋਂ ਅੰਮ੍ਰਿਤ ਨਿਕਲਿਆ ਅੰਮ੍ਰਿਤ ਦਾ ਕੁੰਡ ਜਿਸ ਵੇਲੇ ਵੰਡਣਾ ਸੀ ਤਾਂ ਦੇਵਤੇਆਂ ਉਹ ਰਾਖਸ਼ਾਂ ਦੀ ਲੜਾਈ ਹੋ ਗਈ ਤਾਂ ਉਹ ਰਾਖਸ਼ ਜਿਹੜੇ ਸਨ ਉਸ ਨੂੰ ਲੈ ਕੇ ਭੱਜ ਪਏ ਹੁਣ ਉਹਨਾਂ ਦੇ ਕੋਲੋਂ ਉਹ ਖੋਣਾ ਮੁਸ਼ਕਲ ਸੀ ਤਾਂ ਉਸ ਵੇਲੇ ਪਦਮਾਪਤ ਵਿਸ਼ਨੂੰ ਉਹਨਾਂ ਨੇ ਇੱਕ ਔਰਤ ਦਾ ਰੂਪ ਧਾਰਿਆ ਮਹਾ ਮੋਹਿਨੀ ਰੂਪ ਧਾਰਿਆ ਉਹ ਮੋਹਣੀ ਦਾ ਰੂਪ ਧਾਰ ਕੇ ਉਹਨਾਂ ਨੇ ਉਹਦੇ ਕੋਲੋਂ ਉਹ ਕੁੰਡ ਲੈ ਲਿਆ ਔਰ ਕਿਹਾ ਕਿ ਤੁਸੀਂ ਦੋਨੋਂ ਲਾਈਨ ਵਿੱਚ ਬੈਠ ਜਾਓ ਮੈਂ ਤੁਹਾਨੂੰ ਪੁਲਾ ਦੇਾਂਗੀ ਉਸ ਨੇ ਜਦੋਂ ਪੁਲਾਣਾ ਸ਼ੁਰੂ ਕੀਤਾ ਰਾਖਸ਼ਾਂ ਨੂੰ ਇੱਕ ਪਾਸੇ ਔਰ ਦੇਵਤਿਆਂ ਨੂੰ ਇੱਕ ਪਾਸੇ ਜਦੋਂ ਉਹਨੇ ਇੱਕ ਪਾਸੇੋਂ ਸ਼ੁਰੂ ਕੀਤਾ ਤਾਂ ਰਾਖਸ਼ਾਂ ਨੂੰ ਲੱਗਾ ਕਿ ਇਹ ਤਾਂ ਮੁੱਕ ਜਾਏਗਾ ਤਾਂ ਰਾਹੁ ਆਪਣੀ ਸ਼ਕਲ ਬਦਲ ਕੇ ਉਹਨਾਂ ਦੇ ਵਿੱਚ ਸ਼ਾਮਲ ਹੋ ਗਿਆ ਸੂਰਜ ਔਰ ਚੰ드ਰਮਾ ਨੇ ਜਦੋਂ ਦੇਖਿਆ ਪਦਮਾਪਤ ਨੂੰ ਨਹੀਂ ਪਤਾ ਲੱਗਾ ਵਿਸ਼ਨੂੰ ਨੂੰ ਨਹੀਂ ਪਤਾ ਲੱਗਾ ਪਰ ਉਹ ਜਿਸ ਲਈ ਦੇਖਿਆ ਉਹਨਾਂ ਰੋਲਾ ਪਾਇਆ ਤਾਂ ਉਸ ਵੇਲੇ ਵਿਸ਼ਨੂੰ ਨੇ ਉਹਦਾ ਸਿਰ ਜੋ ਸੀ ਉਹ ਵਖ ਕਰ ਦਿੱਤਾ ਹੁਣ ਵੀ ਉਹਨਾਂ ਦੇ ਇਤਿਹਾਸ ਮੁਤਾਬਕ ਹਰ ਸਾਲ ਉਹ ਸੂਰਜ ਗ੍ਰਹਿਣ ਲੱਗਦਾ ਹੈ ਉਸ ਨੂੰ ਰਾਹੁ ਔਰ ਕੇਤੂ ਸੂਰਜ ਔਰ ਚੰ드ਰਮਾ ਨੂੰ ਕਰਸਤੇ ਹਨ ਇਹ ਮੋਹਿਣੀ ਦਾ ਰੂਪ ਜੋ ਹੈ ਜੋ ਗੁਰੂ ਸਾਹਿਬ ਨੇ ਲਿਖਿਆ ਹੈ ਉਸ ਮਹਾਮੋਹਿਨੀ ਰੂਪ ਨੇ ਉਹਨਾਂ ਨੂੰ ਆਪਣੇ ਸ਼ਸਤਰ ਅਸਤਰ ਉਹਨਾਂ ਨੇ ਤਿਆਗ ਦਿੱਤੇ ਉਸ ਦੇ ਰੂਪ ਤੇ ਰੀਝ ਕੇ ਇਹ ਮਹਾਮੋਹਿਣੀ ਅਜ ਵੀ ਖਾਲਸੇ ਨੂੰ ਨਿਰਸ਼ਸਤਰ ਕਰਨ ਦੀ ਸਮਰੱਥਾ ਰੱਖਦੀ ਹੈ ਇਸੇ ਕਰਕੇ ਹਜ਼ੂਰ ਨੇ ਇਹ ਕਿਹਾ ਇੱਕ ਤਾੜਨਾ ਵੀ ਕੀਤੀ ਸੁਧ ਜਪਤੇ ਹਮ ਧਰੀ ਬਚਨ ਗੁਰਦੇ ਹਮਾਰੇ ਪੂਤ ਇਹ ਪ੍ਰਣ ਤੋਹੇ ਪ੍ਰਾਨ ਲਗ ਜਬ ਗੜਥਾਰੇ ਨਿਜ ਨਾਰੀ ਕੇ ਸੰਗ ਨੇਹ ਤੋਂ ਨਿਤ ਵੜਈਓ ਪਰ ਨਾਰੀ ਕੀ ਸੇਜ ਪੂਲ ਸੁਪਨੇ ਹੀ ਹੋਣਾ ਜਈਓ ਇਸ ਤੋਂ ਅਗਲੀ ਤਸਵੀਰ ਜਿਹੜੀ ਅਸੀਂ ਵੇਖਾਂਗੇ ਇਹ ਬਹੁਤ ਸੰਖੇਪ ਦੇ ਵਿੱਚ 5-7 ਮਿੰਟ ਦੇ ਵਿੱਚ ਅਸੀਂ ਚੱਲਦੇ ਹਾਂ ਕਿਉਂਕਿ ਸਮਾ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਕੁਝ ਕਹਿਣ ਨੂੰ ਹੈ ਪਰ ਅਸੀਂ ਅ ਸਮੇਂ ਦੇ ਹਦੂਦ ਦੇ ਅੰਦਰ ਰਹਿਣਾ ਹੈ ਤੁਸੀਂ ਦੇਖੋ ਪਟਨਾ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਸ਼ਸਤਰ ਹਨ ਉਹ ਪਾਵਨ ਸ਼ਸਤਰ ਹਨ ਜਿਹੜੇ ਖੱਬੇ ਪਾਸੇ ਹਨ ਉਹਨਾਂ ਵਿੱਚ ਉਹ ਖੰਡਾ ਦੇਖ ਰਹੇ ਹੋ ਔਰ ਸੱਜੇ ਪਾਸੇ ਉਹ ਖੰਡਾ ਹੈ ਜਿਹੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਵੇਲੇ ਇਹ ਖੰਡਾ ਜੋ ਹੈ ਉਹਨਾਂ ਨੇ ਇਸਤੇਮਾਲ ਕੀਤਾ ਸੀ ਔਰ ਇਸ ਤੋਂ ਬਾਅਦ ਆਪ ਦੇਖੋਗੇ ਇੱਕ ਖੰਡਾ ਖਾਲਸੇ ਦੇ ਅਗਲੀ ਤਸਵੀਰ ਵਿੱਚ ਇਹ ਖੰਡਾ ਖਾਲਸੇ ਦੇ ਹਮੇਸ਼ਾ ਅੰਗ ਸੰਗ ਰਿਹਾ ਹੈ ਇਹ ਬਾਬਾ ਦੀਪ ਸਿੰਘ ਜੀ ਦਾ ਖੰਡਾ ਹੈ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਸ਼ੋਭਤ ਹੈ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਅੰਮ੍ਰਿਤ ਪਹਿਲੇ ਵੀ ਸੀ ਅੰਮ੍ਰਿਤ ਦੀ ਗੱਲ ਪਹਿਲੇ ਵੀ ਸੀ ਹੋਰ ਖੰਡਾ ਵੀ ਉਹਦਾ ਡਿਜ਼ਾਈਨ ਵੀ ਪਹਿਲੇ ਵੀ ਸੀ ਆਪ ਜਿਸ ਤਰ੍ਹਾਂ ਅਗਲੀ ਤਸਵੀਰ ਵਿੱਚ ਵੇਖ ਰਹੇ ਹੋ ਇਹ ਤਸਵੀਰ ਬੁੱਧਿਜ਼ਮ ਦੀ ਤਸਵੀਰ ਹੈ ਬੁੱਧ ਦਾ ਬੁੱਧਿਸਤਵਾ ਦਾ ਉਹ ਰੂਪ ਹੈ ਜਿਸ ਵਿੱਚ ਬੁੱਧ ਦੇ ਹੱਥ ਵਿੱਚ ਉਹ ਖੰਡਾ ਹੈ ਜਿਸ ਨੂੰ ਮਹਾਮੋਹਿਣੀ ਜਿਸ ਨੂੰ ਮੰਜੂਸ਼ਰੀ ਕਿਹਾ ਜਾਂਦਾ ਹੈ ਇਹ ਮੰਜੂਸ਼ਰੀ ਦਾ ਜੋ ਰੂਪ ਹੈ ਜਿਸ ਦੇ ਵਿੱਚ ਉਹਨਾਂ ਦੇ ਹੱਥ ਵਿੱਚ ਵੀ ਉਹੀ ਖੰਡਾ ਦਿਖਾਇਆ ਗਿਆ ਹੈ ਪਰ ਗੁਰੂ ਸਾਹਿਬ ਨੇ ਉਹ ਸਾਰੀਆਂ ਡਾਈਮੈਂਸ਼ਨਸ ਚੇਂਜ ਕਰ ਦਿੱਤੀਆਂ ਉਹ ਰੂਪ ਚੇਂਜ ਕਰ ਦਿੱਤਾ ਜਿਸ ਤਰੀਕੇ ਦੇ ਨਾਲ ਕੜਾ ਪ੍ਰਸ਼ਾਦ ਲਈ ਮਟੀਰੀਅਲ ਤਾਂ ਹੈ ਅੰਮ੍ਰਿਤ ਲਈ ਮਟੀਰੀਅਲ ਤਾਂ ਉਹੀ ਹੈ ਪਰ ਜਦੋਂ ਉਹ ਚੀਜ਼ ਤਿਆਰ ਹੁੰਦੀ ਹੈ ਉਹ ਫਿਜ਼ੀਕਲ ਚੇਂਜ ਨਹੀਂ ਹੈ ਉਹ ਐਸੀ ਚੇਂਜ ਹੈ ਜਿਹੜੀ ਤਸਵੀਰ ਨੂੰ ਬਦਲ ਜਾਂਦੀ ਹੈ ਔਰ ਹਰ ਪਾਸਿਓ ਉਹ ਬਦਲ ਦਿੰਦੀ ਹੈ ਇਸ ਤੋਂ ਅਗਲੀ ਤਸਵੀਰ ਜੋ ਹੈ ਆਪ ਜੋ ਦੇਖ ਰਹੇ ਹੋ ਇੱਕ ਹੋਰ ਚੀਜ਼ ਬੜੀ ਅਜੀਬ ਜੀ ਹੈ ਜਿਹੜੇ ਆਪ ਦੀ ਗਿਆਤ ਲਈ ਇਹ ਤਸਵੀਰਾਂ ਵਿੱਚ ਆਪ ਦੇਖ ਰਹੇ ਹੋ ਖੱਬੇ ਪਾਸੇ ਕੁਝ ਕੰਘੇ ਹਨ ਔਰ ਸੱਜੇ ਪਾਸੇ ਇੱਕ ਕਿਰਪਾਨ ਹੈ ਦਰਅਸਲ ਆਪ ਹੈਰਾਨ ਹੋਵੋਗੇ ਕਿ ਡੈਨਮਾਰਕ ਦੇ ਗ੍ਰੀਨਲੈਂਡ ਜਿਹੜਾ ਏਰੀਆ ਹੈ ਜਾਂ ਆਈਸਲੈਂਡ ਸਦੀਆਂ ਪਹਿਲੇ ਇੱਥੇ ਦੇ ਜੋ ਲੋਕ ਸਨ ਇੱਥੇ ਦੇ ਵਸਨੀਕ ਸਨ ਇਹ ਉਹਨਾਂ ਆਪਣੀ 벨ਟ ਦੇ ਵਿੱਚ ਇੱਕ ਉਹ ਕੰਗਾ ਇੱਕ ਉਹ ਕਿਰਪਾਨ ਰੱਖਦੇ ਸਨ ਪਰ ਸਾਡੀ ਕਿਰਪਾਨ ਉਹ ਨਹੀਂ ਹੈ ਸਾਡੀ ਤਲਵਾਰ ਉਹ ਨਹੀਂ ਹੈ ਸਾਡਾ ਕੰਗਾ ਉਹ ਨਹੀਂ ਹੈ ਸਾਡੇ ਵਾਲ ਨਹੀਂ ਹਨ ਜਦੋਂ ਇਹਨਾਂ ਵਾਲਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੱਥ ਲਾ ਦਿੱਤਾ ਇਹ ਫਿਰ ਕੇਸ ਬਣ ਗਏ ਜਦੋਂ ਉਹ ਤਲਵਾਰ ਉਹਨਾਂ ਨੇ ਦਿੱਤੀ ਫਿਰ ਉਹ ਸ੍ਰੀ ਸਾਹਿਬ ਬਣ ਗਈ ਉਹ ਫਿਰ ਕਿਰਪਾਨ ਹੋ ਗਈ ਉਹ ਫਿਰ ਇੱਕ ਆਮ ਹਥਿਆਰ ਨਹੀਂ ਰਹਿ ਗਿਆ ਅਗਲੀ ਤਸਵੀਰ ਜੋ ਆਪ ਵੇਖੋਗੇ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਬਚਨ ਹਨ ਉਹਨਾਂ ਦੇ ਬਚਨ ਹਨ ਖੜਗ ਹਾਥ ਜਿੰਤਜੋ ਸੋ ਖੜਗ ਧਾਰਾ ਸਹੋ ਜਿਹੜੇ ਬੰਦੇ ਤਲਵਾਰ ਦੇ ਦਸਤੇ ਤੋਂ ਹੱਥ ਹਟਾ ਲੈਂਦੇ ਹਨ ਉਹ ਤਲਵਾਰ ਦੀ ਧਾਰ ਉਹ ਆਪਣੇ ਸਿਰ ਦੇ ਉੱਤੇ ਗਰਦਨ ਦੇ ਉੱਤੇ ਉਸ ਨੂੰ ਬਰਦਾਸ਼ਤ ਕਰਨ ਲਈ ਤਿਆਰ ਹੋ ਜਾਣ। ਹਜ਼ੂਰ ਨੇ ਖੁਦ ਲਿਖਿਆ ਹੈ ਜੇ ਪੂਜਾ ਸਕੇਤ ਕੀ ਨਿਤਪ੍ਰਤ ਕਰੇ ਬਣਾਏ ਤਿਨ ਪਰ ਆਪਣੋ ਹੱਥ ਦੇ ਅਸਕੇਤ ਲੈ ਬਚਾਏ ਉਹ ਅਸਕੇਤ ਉਹ ਖੜਗਧੁਜ ਉਹਨਾਂ ਦੀ ਰਾਖੀ ਕਰਦਾ ਹੈ। ਖਾਲੀ ਦੇਖ ਦੀ ਗੱਲ ਤੇਗ ਦੀ ਗੱਲ ਨਹੀਂ ਕੀਤੀ ਤੇਗ ਤੇਗ ਜਗ ਮੈਂ ਦਉ ਚਲੇ ਰਾਖ ਆਪ ਮੋਹੇ ਅਵਰ ਨਾ ਦਲੇ ਜੋ ਅਗਲੀ ਤਸਵੀਰ ਹੈ ਅਸੀਂ ਜੋ ਰੋਜ਼ ਅਰਦਾਸ ਵੀ ਕਰਦੇ ਹਾਂ ਜਿਨ੍ਹਾਂ ਦੇਗ ਚਲਾਈ ਤੇਗ ਵਾਈ ਇਹ ਦੇਗ ਤੇਗ ਫਤਿਹ ਦੀ ਗੱਲ ਹੈ ਭਾਈ ਕਾਨ ਸਿੰਘ ਜੀ ਨਾਬਾ ਇਸ ਬਾਰੇ ਬੜਾ ਸੁੰਦਰ ਕਹਿੰਦੇ ਹਨ ਉਹ ਕਹਿੰਦੇ ਹਨ ਕਿ ਸਿੰਘਾਂ ਦੀ ਕਿਰਪਾਨ ਔਰ ਕੜਚੀ ਇਹ ਹਮੇਸ਼ਾ ਹਿਲਦੀ ਰਹਿਣੀ ਚਾਹੀਦੀ ਹੈ ਅਗਲੀ ਤਸਵੀਰ ਆਪ ਵੇਖੋਗੇ ਜੇਕਰ ਪੰਥ ਦੇ ਆਗੂ ਜੇਕਰ ਪੰਥ ਦੇ ਸਾਡੇ ਜਿਨ੍ਹਾਂ ਨੇ ਅਗਵਾਈ ਦੇਣੀ ਹੈ ਇਸ ਤਸਵੀਰ ਵਿੱਚ ਇਤਿਹਾਸਕ ਤਸਵੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਸ ਵੇਲੇ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੋ ਸੱਜੇ ਪਾਸੇ ਹਨ ਜਿਹੜੇ ਕਿ ਅੰਮ੍ਰਿਤ ਦੇ ਬਾਟੇ ਦੇ ਉੱਤੇ ਹੱਥ ਰੱਖ ਕੇ ਅੰਮ੍ਰਿਤ ਤਿਆਰ ਕਰ ਰਹੇ ਹਨ ਕਾਸ਼ ਗੁਰੂ ਕਿਰਪਾ ਕਰੇ ਪੰਥ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਹਨਾਂ ਦੇ ਵਰਕਰ ਇਸ ਤਰ੍ਹਾਂ ਅੰਮ੍ਰਿਤ ਸੰਚਾਰ ਵਿੱਚ ਸ਼ਾਮਲ ਹੋਣ ਕਦੀ ਸਮਾਂ ਸੀ ਹਰ ਅਕਾਲੀ ਕਾਨਫਰੰਸ ਦੇ ਬਾਅਦ ਇੱਕ ਅੰਮ੍ਰਿਤ ਸੰਚਾਰ ਦਾ ਸਮਾਗਮ ਹੁੰਦਾ ਸੀ ਜੇਕਰ ਐਸੀ ਗੱਲ ਹੋ ਸਕੇ ਲੱਗਦਾ ਹੈ ਫਿਰ ਸਾਡਾ ਨਿਸ਼ਾਨਾ ਜੋ ਮਕਸਦ ਹੈ ਪੂਰਾ ਹੋ ਜਾਏਗਾ ਅਗਲੀ ਤਸਵੀਰ ਜੋ ਹੈ ਇਹ ਸchreht maryada ਅਸੀਂ ਇਸ ਦੇ ਉੱਤੇ ਅਮਲ ਕਰਨਾ ਹੈ ਜਿਹੜੀ ਰਹਿਤ ਗੁਰੂ ਨੇ ਸਾਨੂੰ ਦੱਸੀ ਹੈ ਜਿਹੜੀ ਉਸ ਦਿਨ ਜੋ ਕਰਨ ਲਈ ਔਰ ਨਹੀਂ ਕਰਨ ਲਈ ਕਿਹਾ ਜੋ ਰਹਿਤਾਂ ਔਰ ਕੁਰੇਤਾਂ ਤੋਂ ਵਰਜਿਆ ਗਿਆ ਹੈ ਉਹ ਸਾਨੂੰ ਸਾਡਾ ਫਰਜ਼ ਹੈ ਔਰ ਸਾਡਾ ਹੱਕ ਹੈ ਅਗਲੀ ਤਸਵੀਰ ਜੋ ਹੈ ਉਹ ਆਪ ਦੇਖੋਗੇ ਅੱਜ ਦੇ ਦਿਨ ਹੀ 1978 ਵਿੱਚ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ਹਾਦਤਾਂ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ ਖਾਤਰ ਸ਼ਹਾਦਤਾਂ ਦਿੱਤੀਆਂ ਪਰ ਇਸ ਦੇ ਨਾਲ ਅਗਲੀ ਤਸਵੀਰ ਵਿੱਚ ਇੱਕ ਅਫਸੋਸਨਾਕ ਹੈ ਖਾਲਸੇ ਨੇ ਸਾਰੇ ਸੰਸਾਰ ਲਈ ਇੰਨਾ ਕੁਝ ਕੀਤਾ ਮਾਨਵਤਾ ਲਈ ਇੰਨਾ ਕੁਝ ਕੀਤਾ ਪਰ ਅੱਜ ਵੀ ਕੁਝ ਐਸੇ ਲੋਕ ਹਨ ਐਸੀਆਂ ਰੂਹਾਂ ਹਨ ਜਿਹੜੇ ਉਸ ਖਾਲਸੇ ਦੀ ਸਿਰਜਣਾ ਦੇ ਉੱਤੇ ਕਾਟਾ ਮਾਰ ਕੇ ਕਹਿ ਰਹੇ ਹਨ ਕਿ ਨਹੀਂ ਐਸੀ ਗੱਲ ਨਹੀਂ ਹੋਈ ਇਸ ਤੋਂ ਅਗਲੀ ਤਸਵੀਰ ਜੋ ਹੈ ਇਹ ਜੋ ਆਪ ਦੇਖ ਰਹੇ ਹੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਹੁਕਮ ਹੈ ਸਰਬਤ ਸੰਗਤ ਕਾਵਲ ਗੁਰੂ ਰੱਖੇਗਾ ਤੁਸਾ ਉੱਪਰ ਸਾਡੀ ਬਹੁਤ ਖੁਸ਼ੀ ਹੈ ਤੁਸਾ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ ਕੇਸ ਰੱਖਣੇ ਆ ਸਾਡੀ ਮੋਹਰ ਹੈ ਕਛ ਕਿਰਪਾਨ ਦਾ ਵਿਸਾ ਕਰਨਾ ਨਹੀਂ ਸਰਬਨੋ ਦਾ ਕੜਾ ਹੱਥ ਰੱਖਣਾ ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਗੇ ਸੋ ਕਰਨੀ ਸਰਬਤ ਸੰਗਤ ਬਾਖਿਆ ਦਾ ਕੁੱਠਾ ਮਾਸ ਖਾਵੇ ਨਹੀਂ ਤਮਾਕੂ ਨਾ ਵਰਤਣਾ ਵਾਦਣੀ ਅਤੇ ਕੰਨਿਆਵਾਰਨ ਵਾਲੇ ਸੇ ਮੇਲ ਨਾ ਰੱਖੋ ਮੀਣੇ ਮਸੰਦੀਏ ਰਾਮ ਰਾਈਏ ਕੀ ਸੰਗਤ ਨਾ ਬੈਸੋ ਗੁਰਬਾਣੀ ਪੜ੍ਹਨੀ ਵਾਹਿਗੁਰੂ ਵਾਹਿਗੁਰੂ ਜਪਣਾ ਗੁਰੂ ਕੀ ਮੱਤ ਰੱਖਣੀ ਸਰਬਤ ਸੰਗਤ ਪਰ ਮੇਰੀ ਖੁਸ਼ੀ ਹੈ ਅਖੀਰ ਦੇ ਵਿੱਚ ਅਸੀਂ ਕਲਗੀ ਤਰਪਤਾ ਦੇ ਚਰਨਾਂ ਵਿੱਚ ਉਹ ਅਰਦਾਸ ਕਰੀਏ ਜਿਹੜੀ ਬਿਹਾਰੀ ਕਵੀ ਨੇ ਕੀਤੀ ਸੀ ਉਸਨੇ ਕਿਹਾ ਸੀ ਚਾਦਰ ਮੈਲੀ ਸਾਬਣ ਥੋੜਾ ਜਦ ਦੇਖਾਂ ਤਦ ਰੋਵਾਂ ਬਹੁਤੇ ਦਾਗ ਲਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ ਦਾਗਾਂ ਦੀ ਕੋਈ ਕੀਮਤ ਨਹੀਂ ਮੈਂ ਕਿਉਂ ਕਰ ਹੱਛੀ ਹੋਵਾਂ ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ ਮੈਂ ਸੱਚੇ ਸਾਬਣ ਤੋਂ ਆ ਇਹ ਜੋ ਨਿਸ਼ਾਨਾ ਸੀ ਇਹ ਜੋ ਖਾਲਸੇ ਦੀ ਸਿਰਜਣਾ ਦਾ ਜੋ ਮਕਸਦ ਸੀ ਜਿਸ ਲਈ ਉਹਨਾਂ ਨੇ ਹਜ਼ੂਰ ਨੇ ਖੁਦ ਕਿਹਾ ਕਹਿਓ ਪ੍ਰਭੂ ਸੁਪਾਖ ਹੋ ਕਿਸੂ ਨਾ ਕਾਨ ਰੱਖ ਹੋ ਜਾਂ ਖਾਲਸੇ ਦੀ ਸਿਰਜਣਾ ਦਾ ਮਕਸਦ ਜਿਸ ਲਈ ਗੁਰੂ ਸਾਹਿਬ ਨੇ ਆਪਣਾ ਸਾਰਾ ਕੁਝ ਜੋ ਅਰਪਣ ਕਰ ਦਿੱਤਾ ਅਸੀਂ ਉਸ ਨੂੰ ਉਸ ਦੇ ਵਿੱਚ ਕਰੀਏ। ਔਰ ਅਖੀਰ ਦੇ ਵਿੱਚ ਇੱਕ ਬੇਨਤੀ ਹੈ ਕਿ ਜੋ ਹੁਕਮ ਹੈ ਗੁਰੂ ਦਾ ਉਹ ਹੁਕਮ ਹੈ ਉਹ ਬੇਨਤੀ ਨਹੀਂ ਹੈ। ਹਜ਼ੂਰ ਨੇ ਕਿਹਾ ਹੈ ਇਹ ਮੋਰ ਆ ਗਿਆ ਸੁਨੋ ਤਮ ਪਿਆਰੇ ਬਿਨਾ ਸ਼ਸਤਰ ਕੇ ਸੰਗ ਨ ਦੇਵੋ ਦਿਦਾਰੇ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ ਗਹੇ ਕਾਨ ਤਾਕੋ ਕਿਤੇ ਲੈ ਸਿਧਾਨੋ ਐਸਾ ਨਾ ਹੋਵੇ ਕਿ ਉਹ ਗੁਰੂ ਦੇ ਦਿੱਤੇ ਹੋਏ ਆਦੇਸ਼ ਤੋਂ ਕਿਉਂਕਿ ਜੇ ਅਸੀਂ ਗੁਰੂ ਦੇ ਉਸ ਮਾਰਗ ਦੇ ਉੱਤੇ ਤੁਰਨਾ ਹੈ ਤਾਂ ਸਾਨੂੰ ਉਸ ਦਾ ਹੁਕਮ ਉਸ ਦੇ ਅਸੂਲਾਂ ਨੂੰ ਉਹਨਾਂ ਨੂੰ ਸਾਨੂੰ ਮੰਨਣਾ ਪਵੇਗਾ ਸਾਨੂੰ ਉਹਨਾਂ ਦੇ ਉੱਤੇ ਤੁਰ ਕੇ ਹੀ ਪਰ ਇਸ ਦੇ ਨਾਲ ਹੀ ਹਜ਼ੂਰ ਨੇ ਇੱਕ ਤਾੜਨਾ ਵੀ ਕੀਤੀ ਹੈ ਇੱਕ ਹੋਰ ਗੱਲ ਵੀ ਸਾਨੂੰ ਕਹੀ ਹੈ ਮਤ ਖਿਆਲ ਕਰਿਏ ਕਿ ਜਿਸ ਤਰ੍ਹਾਂ ਖੋਤੇ ਦੀ ਇੱਕ ਲੈ ਕੇ ਖੋਤੇ ਨੂੰ ਲੈ ਕੇ ਉਸ ਦੇ ਉੱਤੇ ਸ਼ੇਰ ਦੀ ਖਲ ਪਵਾ ਦਿੱਤੀ ਸੀ ਹਜ਼ੂਰ ਨੇ ਔਰ ਕਿਹਾ ਸੀ ਕਿ ਇਹ ਜੋ ਸੰਗ ਉਹਨਾਂ ਨੇ ਵਰਤਾਇਆ ਜੋ ਉਹਨਾਂ ਨੇ ਜਿਸ ਢੰਗ ਦੇ ਨਾਲ ਕੀਤਾ ਸੀ ਉਹ ਬਹੁਤ ਅਹਿਮ ਸੀ ਸਾਨੂੰ ਉਸ ਤੋਂ ਵੀ ਸਬਕ ਲੈਣਾ ਹੈ ਅਸੀਂ ਕਾਲ ਲਵਾਂਗੇ ਹਾਂਜੀ ਹਾਂਜੀ ਹੈਲੋ ਹਾਂਜੀ ਹੈਲੋ ਹਾਂਜੀ 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 ਵੀਰ ਜੀ ਕੌਣ ਬੋਲ ਰਿਹਾ ਜੀ ਹੁਕਮ ਕਰੋ ਹਾਂਜੀ ਕਮਲਜੀਤ ਸਿੰਘ ਬੋਲ ਰਿਹਾ ਜੀ ਹਾਂਜੀ ਹਾਂਜੀ ਭਾਈ ਸਾਹਿਬ ਜੀ ਹੁਕਮ ਕਰੋ ਬਹੁਤ ਬਹੁਤ ਸਵਾਗਤ ਹੈ ਕਮਲਜੀਤ ਸਿੰਘ ਜੀ ਤੁਹਾਡਾ ਹਾਂਜੀ ਬੇਨਤੀ ਇਹ ਹੈ ਜੀ ਜਿਵੇਂ ਅੱਜ ਸਾਥੀ ਦਾ ਦਿਨ ਹੈ ਜੀ ਇੱਕ ਤਾਂ ਵਧਾਈਆਂ ਪ੍ਰਵਾਨ ਕਰੋ ਬਹੁਤ ਬਹੁਤ ਵਧਾਈ ਸਾਰੇ ਜਗਤ ਨੂੰ ਵਧਾਈ ਹੋਵੇ ਹਾਂਜੀ ਤੁਜੀ ਇੱਕ ਬੇਨਤੀ ਐ ਸੀ ਵੀ ਤੁਸੀਂ ਕਿੰਨੀ ਦੇਰ ਸਟੇ ਕਰੋਗੇ ਇੱਥੇ ਇਹ ਤੇ ਵਾਹਿਗੁਰੂ ਦੇ ਹੱਥਾਂ ਜੀ ਕੁਝ ਨਹੀਂ ਕਹਿ ਸਕਦੇ ਪਰ ਥੋੜੀ ਦੇਰ ਹੈਗਾ ਜੀ ਹੁਕਮ ਕਰੋ ਹੁਕਮ ਨਹੀਂ ਆਪਾਂ ਇਸ ਪ੍ਰੋਗਰਾਮ ਦੇ ਬਾਰੇ ਗੱਲ ਕਰ ਲਈਏ ਹਾਂਜੀ ਉਹਦੇ ਬਾਰੇ ਮੈਂ ਇਹੀ ਕਹਿਣਾ ਸੀ ਵੀ ਜਿਹੜੇ ਆਪਣੇ ਸੱਜਣ ਇੱਥੇ ਕੰਮ ਕਰ ਰਹੇ ਨੇ ਆਪਣੇ ਜਸ ਪਤਿਏ 'ਚ ਜੀ ਇਹਨਾਂ ફોਏ ਮਤਲਬ ਕਿ ਜਾਤ ਦੀ بجائے ਆਪਣੇ ਨਾਂ ਦੇ ਨਾਲ ਸਿੰਘ ਲਾ ਸਕਦੇ ਨੇ। ਅਹ ਦੇਖੋ ਇਹ ਜਿਹੜੇ ਹੈਗੇ ਆ ਉਹ ਆਪ ਦਾ ਮੈਸੇਜ ਉਹਨਾਂ ਤੱਕ ਜ਼ਰੂਰ ਦੇ ਦੇਵਾਂਗੇ। ਹਾਂਜੀ। ਆਪ ਨੂੰ ਆਪ ਦਾ ਸਨੇਹਾ ਉਹਨਾਂ ਤੱਕ ਜ਼ਰੂਰ ਅਸੀਂ ਪਹੁੰਚਾ ਦੇਵਾਂਗੇ। ਬਾਕੀ ਇਸ ਪ੍ਰੋਗਰਾਮ ਦੇ ਬਾਰੇ ਅਗਰ ਆਪ ਦਾ ਕੋਈ ਸੁਝਾਅ ਹੋਏ ਤੇ ਉਸ ਦੇ ਬਾਰੇ ਆਪ ਜ਼ਰੂਰ ਸਾਨੂੰ ਦੱਸੋ। ਬਹੁਤ ਮਿਹਰਬਾਨੀ ਤੁਹਾਡਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਬਹੁਤ ਚੰਗਾ ਲੱਗ ਰਿਹਾ ਹੈ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕ। ਥੈਂਕ ਯੂ। ਜੀ ਸ਼ੁਕਰੀਆ। ਹਾਂਜੀ ਹਾਂਜੀ ਹੈਲੋ 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 ਹਾਂਜੀ ਤੁਹਾਡਾ ਸਵਾਗਤ ਹੈ ਜੀ ਹੈਲੋ ਕੌਣ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਮੈਂ ਰਣਜੀਤ ਸਿੰਘ ਬੋਲ ਰਿਹਾ ਜੀ ਹਾਂਜੀ ਰਣਜੀਤ ਸਿੰਘ ਜੀ ਜੀ ਆਇਆਂ ਨੂੰ ਬਹੁਤ ਬਹੁਤ ਵਧਾਈ ਵਿਸਾਖੀ ਦੀ ਹਾਂਜੀ ਤੁਹਾਨੂੰ ਵੀ ਵਧਾਈ ਬਹੁਤ ਹਾਂਜੀ ਜੀ ਤੁਹਾਡਾ ਪ੍ਰੋਗਰਾਮ ਜਿਹੜਾ ਗਿਆਨਤਾ ਦੀ ਆਵਾਜ਼ ਆ ਬਹੁਤ ਪਸੰਦ ਕਰਦੇ ਆ ਜੀ ਪਰ ਜੀ ਬਹੁਤ ਵਧੀਆ ਸੁਣ ਸਕਦਾ ਜੀ ਜੀ ਹੁਕਮ ਕਰੋ ਹਾਂਜੀ ਕੋਈ ਸੁਝਾਅ ਹੈ ਆਪ ਜੀ ਦਾ ਇਸ ਦੇ ਬਾਰੇ ਸੁਝਾਅ ਇਹ ਜੀ ਜਿਹੜੇ ਬਾਹਰ ਵਾਸਤੇ ਰਹਦੇ ਆ ਪੰਜਾਬੀ ਹਾਂਜੀ ਉਹ ਆਪਣੀ ਸਿੱਖ ਨੂੰ ਆਵਾਜ਼ ਨੂੰ ਪੂਰੀ ਤੰਦਰੁਸਤੀ ਰੱਖੇ ਠੀਕ ਹੈ ਜੀ ਗੁਰੂ ਕਿਰਪਾ ਕਰੇਗਾ ਜੀ ਗੁਰੂ ਬਖਸ਼ਿਸ਼ ਕਰੇਗਾ ਚੜ੍ਹਦੀ ਕਲਾ ਰੱਖੇ ਹਾਂ ਜੀ ਜਿਹੜੇ ਅੱਜ ਟੂਕੀਆਂ ਵਾਲੇ ਗੱਲਾਂ ਕਰਦੇ ਆ ਜੀ ਜੀ ਉਹ ਚੜ੍ਹਦੀ ਕਲਾ ਹੈ ਠੀਕ ਹੈ ਜੀ ਸਾਨੂੰ ਗੁਰੂ ਬਖਸ਼ਿਸ਼ ਕਰੇ ਤੂੰ ਸਾਹਿਬ ਹੋ ਸੰਗੀ ਤੇਰਾ ਅਸੀਂ ਉਸਦੇ ਸੰਗ ਹੀ ਬਣ ਜਾਈਏ ਉਹ ਫਿਰ ਆਪਣੇ ਬਿਰਦ ਬਾਣੇ ਦੀ ਆਪ ਲਾਜ ਰੱਖੇਗਾ ਬਹੁਤ ਬਹੁਤ ਧੰਨਵਾਦ ਅਸੀਂ ਅਗਲੀ ਕਾਲ ਲਵਾਂਗੇ ਹਾਂ ਜੀ ਹੈਲੋ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਰਦੂਲ ਸਿੰਘ ਪਾਸ ਹੀ ਬੋਲਦਾ ਹਾਂ ਹਾਂਜੀ ਹਾਂਜੀ ਸਰਦੂਲ ਸਿੰਘ ਜੀ ਵਾਹਿਗੁਰੂ ਜੀ ਦੀ ਫਤਿਹ ਤੇ ਬਹੁਤ ਬਹੁਤ ਵਧਾਈ ਆਪ ਨੂੰ ਹਾਂਜੀ ਤੁਹਾਨੂੰ ਵੀ ਜੈ ਪੰਜਾਬੀ ਨੂੰ ਤੇ ਸਾਰੇ ਜਾਗਰੂ ਖਾਲਸਾ ਪੰਥ ਤੇ ਸਾਰਜੰਡ ਅਸਤੀ ਹਾਂਜੀ ਹਾਂਜੀ ਤੇ ਤੇ ਵਧਾਈਆਂ ਦੇਣ ਚਾਹਣੇ ਥੋੜੀ ਥੋੜੀ ਮੈਨੂੰ ਵੀ ਸਾਰੇ ਸਾਰਾ ਜੀ ਹਾਂਜੀ ਹਾਂਜੀ ਉਹ ਤੇ ਵੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈਲੋ ਹੈਲੋ ਹਾਂਜੀ ਕੌਣ ਬੋਲ ਰਹੀ ਜੀ ਹਾਂਜੀ ਮੈਂ ਲਾਈਵ ਬੋਲ ਗੱਲ ਕਰਨਾ ਚਾਹਦੀ ਹਾਂ ਤੁਹਾਡੀ ਲਾਈਵ ਹੈਗੇ ਹੋ ਤੁਸੀਂ ਆਵਾਜ਼ ਥੋੜੀ ਟੀਵੀ ਦੇ ਘੱਟ ਕਰ ਦਿਓ ਟੈਲੀਫੋਨ ਤੇ ਗੱਲ ਕਰੋ ਹਾਂਜੀ ਹੁਕਮ ਕਰੋ ਦੱਸੋ ਕੀ ਕਹਿਣਾ ਚਾਹਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵੀਰ ਜੀ ਹਾਂਜੀ ਮੈਂ ਤੁਹਾਨੂੰ ਫੇਰੋਂ ਤੇ ਇਹ ਕਹਿਣਾ ਚਾਹਦੀ ਸਾਰੇ ਜੱਸ ਪੰਜਾਬੀ ਦੇ ਦਸਤਾਨੋ ਤੇ ਪਾਣੋ ਹਾਂਜੀ ਹਾਲ ਸੇ ਦਿਨ ਦੇ ਸਿਰਜਣਾ ਦੀ ਲੱਖ ਲੱਖ ਵਧਾਈ ਹੋਵੇ ਆਪ ਨੂੰ ਬਹੁਤ ਬਹੁਤ ਹਾਂਜੀ ਜੀ ਅੱਜ ਮੇਰਾ ਦਿਲ ਇੰਨਾ ਖੁਸ਼ ਹੈ ਵਾਈ ਵੀਰ ਜੀ ਮੈਂ ਤੁਹਾਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਜੀ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਅੱਜ ਜੀ ਜਿਹਦੀ ਜ਼ਰੂਰਤ ਸੀ ਇਸ ਜਗਤ ਨੂੰ ਠੀਕ ਹੈ ਜੀ ਇਸ ਜਗਤ ਦੇ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਗਲਤ ਸਮਝਿਆ ਹੋਇਆ ਸੀ ਜੀ ਤੇ ਉਹਨਾਂ ਨੇ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨਾ ਗਲਤ ਸਮਝ ਕੇ ਹਾਂਜੀ ਆਪਰੇ ਜ਼ਿੰਦਗੀ ਵੀ ਗਲਤ ਜੀ ਰਹਾ ਸਾਂ ਬਿਲਕੁਲ ਅਸਲ ਵਿੱਚ ਪ੍ਰੋਬਲਮ ਹੀ ਇਹ ਹੈ ਜੀ ਕਿ ਲੋਕਾਂ ਨੇ ਗੁਰਗੋਬਿੰਦ ਸਿੰਘ ਸਾਹਿਬ ਔਰ ਗੁਰਨਾਨਕ ਦੇਵ ਜੀ ਚ ਫਰਕ ਮਹਿਸੂਸ ਕੀਤਾ ਹੁਣੇ ਪਿੱਛੇ ਮੈਂ ਜਰਮਨੀ ਗਿਆ ਸੀ ਤੇ ਉੱਥੇ ਇੱਕ ਕੋਈ ਸਹੀ ਧਾਰੀ ਸੰਦ ਉਹ ਕਹਿਣ ਲੱਗੇ ਹਮ ਗੁਰਨਾਨਕ ਦੇਵ ਜੀ ਕੋ ਤੋਂ ਮੰਨਤੇ ਹੈ ਪਰ ਇਹ ਚਿੜੀ ਵਾਲੇ ਬਾਬੇ ਸੇ ਡਰ ਲੱਗਤਾ ਬਰਸਲੇ ਮਿਸ ਇਨਫੋਰਮੇਸ਼ਨ ਜਿਹੜੀ ਫੈਲਾਈ ਹੈ ਇਹਨੂੰ ਦੂਰ ਕਰਨਾ ਸਾਰੇ ਪੰਥ ਦਾ ਫਰਜ਼ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਅੱਜ ਤੁਸੀਂ ਬਹੁਤ ਹੀ ਚੰਗਾ ਕੀਤਾ ਇੰਨਾ ਖੋਲ ਕੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਿਆ ਤੇ ਵੀਰ ਜੀ ਅ ਉਹ ਮੇਂਦ ਹੈ ਕਿ ਉਹਦੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਗਲਤ ਸਮਝਦੇ ਸਨ ਜੀ ਉਹਨਾ ਸਾਰਿਆਂ ਨੂੰ ਇਸ ਸਮੇਂ ਜਾਣੀ ਕਿ ਗੁਰੂ ਗੋਬਿੰਦ ਸਿੰਘ ਜੀ ਕੌਣ ਨੇ ਉਹ ਨਾ ਕੇਵਲ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਵੀ ਗੱਲ ਸਮਝਦੇ ਲੋਕਾਂ ਦਾ ਪ੍ਰੇਖਾ ਦੂਰ ਹੋ ਜਾਣਾ ਹੈਗਾ ਗੁਰੂ ਕਿਰਪਾ ਕਰੇਗਾ ਜੀ ਬਹੁਤ ਬਹੁਤ ਉਹਨਾਂ ਨੂੰ ਚਾਹੀਦਾ ਹੈ ਹੁਣ ਇਸੇ ਜ਼ਿੰਦਗੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਅਜਰ ਉਹ ਆਪਣੇ ਕੀਤੇ ਕਰਮਾਂ ਦੀ ਮਾਫੀ ਮੰਗਣਾ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸੱਜਣ ਹੁਣ ਠੀਕ ਹੈ ਜੀ ਬਹੁਤ ਬਹੁਤ ਆਪਦੇ ਵਿਚਾਰ ਬਹੁਤ ਅੱਛੇ ਅੱਛਾ ਜੀ ਅਗਲੀ ਕਾਲ ਲਈ ਲਈਏ ਹਾਂ ਜੀ ਹਾਂ ਜੀ ਤੇ ਵੀਰ ਜੀ ਅਗੇਨ ਤੁਹਾਡੇ ਤੁਹਾਨੂੰ ਮੈਂ ਇਨਾ ਹਾਰਦਿਕ ਧੰਵਾਦ ਕਰਦੀ ਆ ਜੀ ਜੋ ਤੁਸੀਂ ਇਸ ਸਿੱਖ ਪੰਥ ਨੂੰ ਅੱਜ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਓਕੇ ਵੀਰ ਜੀ ਓਕੇ ਵਾਇਗਰ ਜੀ ਕੀ ਖਾਲਸਾ ਵਾਇਗਰ ਜੀ ਕੀ ਫਤਿਹ ਹਾਂਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੌਣ ਬੋਲ ਰਹੇ ਵੀਰ ਜੀ ਮੈਂ ਸੂਰਤ ਸਿੰਘ ਦਾ ਬੋਲ ਰਿਹਾ ਜੀ ਹਾਂਜੀ ਸੂਰਤ ਸਿੰਘ ਜੀ ਹੁਕਮ ਕਰੋ ਪਹਿਲੇ ਤੇ ਸਾਰੇ ਸਿੰਘ ਚੱਠਾ ਬੋਲ ਰਿਹਾ ਜੀ ਮੈਂ ਮੈਪਸੀ ਸਟੈਂਸੀ ਤੋਂ ਹਾਂਜੀ ਹਾਂਜੀ ਚੱਠਾ ਸਾਹਿਬ ਸਿੱਖ ਜਗਤ ਨੂੰ ਸਾਡੇ ਗੁਰਪੁਰਬ ਦੀ ਅਲਸਾ ਦੇਨ ਦੀ ਅੱਖ ਲੱਖ ਵਧਾਈ ਹੋਵੇ ਸਾਰੇ ਜਗਤ ਨੂੰ ਜੀ ਖਾਲੀ ਸਿੱਖ ਜਗਤ ਨੂੰ ਸਾਰੇ ਜਗਤ ਨੂੰ ਹੀ ਵਧਾਈ ਹੋਵੇ ਜੀ ਜੀ ਹੈਲੋ ਨੰਬਰ 2 ਜੀ ਤੁਹਾਡੇ ਜਿਹੜੇ ਵਿਚਾਰ ਨੇ ਉਹ ਇੰਨੇ ਚੰਗੇ ਨੇ ਜੀ ਇੰਨੀ ਆ ਤੁਸੀਂ ਚੰਗੀਆਂ ਗੱਲਾਂ ਕਰਦੇ ਹੋ ਹਾਂਜੀ ਕਿ ਉਹਦੇ ਨਾਲ ਹਰ ਬੰਦਾ ਸਮਝ ਜਾਂਦਾ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਠੀਕ ਹੈ ਜੀ ਠੀਕ ਹੈ ਗੁਰੂ ਦੀ ਗੱਲ ਚੰਗੀ ਲੱਗਦੀ ਹੈ ਜੀ ਗੱਲ ਗੁਰੂ ਦੀ ਹੋਏ ਚੰਗੀ ਲੱਗੇਗੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਘੱਟ ਰਹਿਣਾ ਜੀ ਇੱਥੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਜਸ ਪੰਜਾਬੀ ਨੇ ਤਨਵਾਦ ਦਿਓ ਜਸ ਪੰਜਾਬੀ ਮੁਬਾਰਕ ਬਾਦ ਦਾ ਪਾਤਰ ਹੈ ਕਿ ਉਹੀ ਉਹਦੇ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਵਿੱਚ ਥੈਂਕ ਯੂ ਜੀ ਇੱਕ ਵਾਰ ਜੀ ਕੀ ਫਤਿਹ ਹਾਂਜੀ ਹੈਲੋ ਹੈਲੋ ਹਾਂਜੀ ਕੌਣ ਬੋਲ ਰਹੀ ਜੀ ਐ ਜਗਨਦਸ ਸਿੰਘ ਬੋਲਦਾ ਜੀ ਹਾਂਜੀ ਵੀਰ ਜੀ ਜਗਵਿੰਦਰ ਸਿੰਘ ਜੀ ਹੁਕਮ ਕਰੋ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਹਾਂਜੀ ਸਿੰਘ ਸਾਹਿਬ ਬੋਲੋ ਹੁਕਮ ਕਰੋ ਤੇ ਭਾਈ ਆਪਣੇ ਤੁਹਾਨੂੰ ਬਸਾਕੀ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਬਹੁਤ ਆਪ ਜੀ ਨੂੰ ਵੀ ਬਹੁਤ ਸਾਰੇ ਪਰਿਵਾਰ ਨੂੰ ਸਭ ਨੂੰ ਹਾਂਜੀ ਜੀ ਇਹਨਾਂ ਤੋਂ ਇਹ ਜਿਹਨੇ ਕਲ ਸਾਰੇ ਇਹਨਾਂ ਮਨ ਖੁਸ਼ ਹੋਇਆ ਗੱਲਾਂ ਬਾਤਾਂ ਸੁਣ ਕੇ ਤੋ ਇੱਦਾਂ ਲੱਗਦਾ ਜਿਵੇਂ ਆਨੰਦ ਦਾ ਪ੍ਰਵਾਹ ਬੈਠਾ ਹੋਣਾ ਜੀ ਚਲੋ ਅਸੀਂ ਯਾਦ ਵੀ ਕਰੀਦਾ ਅਸੀਂ ਵਾਸੀ ਆਨੰਦਪੁਰ ਦੇ ਆ ਇਹੀ ਸਾਨੂੰ ਅਮਰ ਚਕਾਨ ਲੱਗੇ ਕਿਹਾ ਗਿਆ ਹੈ ਅਸੀਂ ਆਨੰਦਪੁਰ ਸਾਹਿਬ ਨੂੰ ਨਾ ਭੁੱਲੀਏ ਅਸੀਂ ਉਸ ਨੂੰ ਚੇਤੇ ਰੱਖੀਏ ਬਹੁਤ ਬਹੁਤ ਧੰਨਵਾਦ ਵੀਰ ਅਰਦਾਸ ਕਰਦਾ ਜੀ ਬਰਖੀ ਵਾਲੇ ਤੇ ਹੈਗਾ ਅਰਦਾਸ ਕਰਨਾ ਮੇਰੇ ਆਪਣੇ ਛੋਟੇ ਵੀਰ ਲਈ ਤੇ ਇਸ ਸਾਲ ਵੀ ਸੰਤ ਸਜਣ ਦਾ ਮੌਕਾ ਤੇ ਆ ਚਲੋ ਗੁਰੂ ਹਰ ਇੱਕ ਦੇ ਉੱਤੇ ਕਿਰਪਾ ਕਰੇਗਾ ਅਰਦਾਸ ਇਹੀ ਹੈ ਅਮਰਤੀ ਦਾਤ ਅਮਰਤ ਦਾ ਦਾਤਾ ਉਹ ਦਾਤ ਵੀ ਬਖਸ਼ ਕਰੇਗਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਵੀਰ ਜੀ ਹਾਂਜੀ ਹੈਲੋ ਹਾਂਜੀ ਹੈਲੋ ਤੁਸੀਂ ਲਾਈਨ ਤੇ ਹੋ ਹੈਲੋ ਆਵਾਜ਼ ਘਟ ਕਰੋਗੇ ਡਾਇਰੈਕਟ ਗੱਲ ਕਰੋ ਤੁਹਾਡੀ ਆਵਾਜ਼ ਨਹੀਂ ਆ ਰਹੀ ਟੀਵੀ ਦੀ ਆਵਾਜ਼ ਬੰਦ ਕਰੋ ਟੈਲੀਫੋਨ ਤੇ ਗੱਲ ਕਰੋ ਹਾਂਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਵੀ ਜੀ ਤੁਸੀਂ ਆਵਾਜ਼ ਟੀਵੀ ਦੀ ਘਟ ਕਰ ਦਿਓ ਪਹਿਲੇ ਸੌਰੀ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਅੱਜ ਤੁਸੀਂ ਪ੍ਰੋਗਰਾਮ ਨੇ ਬੜੀ ਖੁਸ਼ੀ ਦੀ ਗੱਲ ਹੈ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਯਾ ਉਸ ਤੇ ਆਪਨੇ ਜੀ ਸਾਡਾ ਖਾਲਸਾ ਸਰਜਰੀ ਕਲਾ ਚਲੋ ਬਹੁਤ ਬਹੁਤ ਧੰਨਵਾਦ ਆਪ ਦਾ 바이ਰ ਜੀ ਦਾ ਖਾਲਸਾ 바이ਰ ਜੀ ਕੀ ਫਤਿਹ ਹਾਂ ਜੀ ਹੈਲੋ ਤੁਸੀਂ ਲਾਈਨ ਤੇ ਹੋ ਕੌਣ ਬੋਲ ਰਿਹਾ ਜੀ ਹੈ ਨਿਤਿਨ ਸਿੰਘ ਬੋਲ ਰਹੀ ਹਾਂ ਹਾਂ ਜੀ ਹਾਂ ਜੀ ਵੀਰ ਜੀ ਹੁਕਮ ਕਰੋ ਤੇ ਹੈਲੋ ਹਾਂ ਜੀ ਹਾਂ ਜੀ ਦੱਸੋ ਵੀਰ ਜੀ ਹਾਂ ਜੀ ਆਪ ਦੱਸੋ ਕੀ ਕਹਿਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਬਾਰੇ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਕੋਈ ਮੈਸੇਜ ਈ ਪੁੱਛਿਆ ਜਾਂਦਾ ਇਹ ਗੁਰੂ ਨਾਨਕ ਦੇਵ ਜੀ Hindu ਸੀ ਯਾ Sikh ਸੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਦਾ ਸਰਗਣ ਸਰੂਪ ਸੀ ਜੀ ਗੁਰਨਾਨਕ ਸਾਹਿਬ ਨੇ ਗੁਰੂ ਸਾਹਿਬ ਨੇ ਖੁਦ ਕਹਿ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਨੇ ਨਾ ਹਮ Hindu ਨਾ Musalman ਅਲੋ ਰਾਮ ਕੇ ਪਿੰਡ ਪ੍ਰਾਨ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿ ਦਿੱਤਾ ਹੈ ਜਾਂ ਤੇ ਛੂਟ ਗਿਓ ਭ੍ਰਮ ਉਰਕਾ ਤਿਸ ਆਗੇ Hindu ਕਿਆ ਤੁਰਕਾ ਜਦੋਂ ਉਹ ਵਾਹਿਗੁਰੂ ਦੇਲੇ ਵਿੱਚ ਵਸ ਗਿਆ ਫਿਰ Hindu ਕੀ ਤੇ ਤੁਰਕ ਕੀ ਕੋਈ ਫਰਕ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅਸੀਂ ਭਾਜੀ ਨੂੰ ਪੁੱਛਣਾ ਚਾਹੁੰਦੇ ਆ ਜੀ ਉਹ ਹੀ ਦੇਖ ਰਹੇ ਹਾਂ। ਹਾਂਜੀ ਠੀਕ ਹੈ ਜੀ। ਹੈਲੋ ਹਾਂਜੀ ਕੌਣ ਬੋਲ ਰਿਹਾ ਜੀ? ਹੈਲੋ। ਹੈਲੋ। ਹਾਂਜੀ ਹਾਂਜੀ। ਹਾਂਜੀ ਅ ਅ ਕਿ ਮੈਂ ਪਰਮੰਦਰ ਬੋਲ ਰਿਹਾ ਹਾਂ ਜੀ। ਹਾਂਜੀ ਹਾਂਜੀ ਭੈਣ ਜੀ ਦੱਸੋ ਤੁਸੀਂ ਹੁਕਮ ਕਰੋ ਸਾਡੇ ਕੋਲ ਸਿਰਫ ਸਮਾਂ ਬੰਦ ਹੈ ਅਸੀਂ ਹੁਣ ਕਾਲ ਲੈਣੀ ਬੰਦ ਕਰਾਂਗੇ ਹਾਂਜੀ ਆਪ ਹੁਕਮ ਕਰੋ। ਜਿਹੜਾ ਤੁਸੀਂ ਦੱਸਿਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਬਾਰੇ ਜੀ ਕੀ ਕੋਈ ਕਿਤਾਬਾਂ ਚ ਹੈ ਜੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਉਹ ਹਰ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮਨਾਮਾ ਕਾਬਲ ਦੀ ਸੰਗਤ ਨੂੰ ਭੇਜਿਆ ਗਿਆ ਸੀ ਖਾਲਸੇ ਦੀ ਸਿਰਜਣਾ ਤੋਂ ਬਾਅਦ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਅਸੀਂ ਕਾਲ ਲੈ ਕੇ ਫਿਰ ਸ਼ਾਇਦ ਇਹਨੂੰ ਬੰਦ ਕਰਾਂਗੇ ਬਹੁਤ ਧੰਨਵਾਦ ਆਪ ਜੀ ਦਾ ਥੈਂਕ ਯੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਾਹਿਬ ਵਾਹਿਗੁਰੂ ਹਾਂਜੀ ਵੀਰ ਜੀ ਹੁਕਮ ਕਰੋ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਰਮਨਪ੍ਰੀਤ ਸਿੰਘ ਹੋ ਰਹੇ ਹਾਂ ਜੀ ਟੈਂਪਲ ਫੋਰੀਦਾਂ ਨੂੰ ਹਾਂਜੀ ਡਾਕਟਰ ਸਾਹਿਬ ਹੁਕਮ ਕਰੋ ਬਹੁਤ ਬਹੁਤ ਧੰਨਵਾਦ ਆਪ ਦਾ ਬਹੁਤ ਬਹੁਤ ਵਧਾਈ ਪ੍ਰੋਗਰਾਮ ਦੇਖਣਾ ਬਹੁਤ ਵਧੀਆ ਜੀ ਹੁੰਦਾ ਸੱਚੀ ਆਪ ਨੂੰ ਬਹੁਤ ਬਹੁਤ ਵਧਾਈ ਸਭ ਸੰਗਤ ਨੂੰ ਬਹੁਤ ਬਹੁਤ ਵਧਾਈ ਆਪ ਸਭ ਨੂੰ ਸਾਡ ਸਭ ਨੂੰ ਠੀਕ ਹੈ ਅਸੀਂ ਹੁਣ ਸਾਡਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਆਪ ਸਭ ਦਾ ਬਹੁਤ ਕਾਲਸ ਇੰਤਜ਼ਾਰ ਵਿੱਚ ਹਨ ਅਸੀਂ ਖਿਮਾ ਦੇ ਜਾਂ ਅੱਖਾਂ ਸਾਡੀ ਮਜਬੂਰੀ ਹੈ ਪਰ ਇਸ ਦੇ ਨਾਲ ਹੀ ਇਹ ਜੋ ਖਾਲਸੇ ਦੀ ਸਿਰਜਣਾ ਹੈ ਇਹ ਜੋ ਮਕਸਦ ਹੈ ਇਹ ਜੋ ਗੁਰਨਾਨਕ ਸਾਹਿਬ ਦਾ ਵਹਿਣ ਹੈ ਇਹ ਤੁਰਦਾ ਰਹੇਗਾ ਇਹ ਖਾਲਸੇ ਦੀ ਇਹ ਗੰਮੀ ਕਥਾ ਹੈ ਚਲਦੀ ਰਹੇਗੀ ਆਪ ਆਪਣੇ ਵਿਚਾਰ ਈਮੇਲ ਰਾਹੀਂ info@justpunjabi.com ਜਾਂ ਜਨਤਾ ਦੀ ਆਵਾਜ਼@justpunjabi.com ਔਰ ਇਸ ਦੇ ਨਾਲ ਹੀ ਇਹ ਵੀ ਤૈયਿਆ ਕਰੋ ਕਿ ਅਸੀਂ ਗੁਰੂ ਵਾਲੇ ਕਦੋਂ ਬਣਨਾ ਹੈ ਅਸੀਂ ਗੁਰੂ ਵਾਲੇ ਉਹਦੀ ਬਖਸ਼ਿਸ਼ ਕਦੋਂ ਹਾਸਲ ਕਰਨੀ ਹੈ ਕਿਉਂਕਿ ਗੁਰੂ ਦਾ ਹੁਕਮ ਹੈ ਇਹ ਹੈ ਮੋਰ ਆ ਗਿਆ ਸੁਨੋ ਤਮ ਪਿਆਰੇ ਬਿਨਾ ਸ਼ਸਤਰ ਕੇ ਸਿੰਘ ਨਾ ਦੇਵੋ ਦਿਦਾਰੇ ਅਸੀਂ ਉਸਦੀ ਬਖਸ਼ਿਸ਼ ਤੇ ਯੋਗ ਬਣੀਏ ਅਸੀਂ ਉਸ ਮਾਰਗ ਦੇ ਉੱਤੇ ਤਰੀਏ ਤਰੀਏ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਹ ਜ਼ਰੂਰੀ ਨਹੀਂ ਕਿ ਹੁਣੇ ਹੀ ਆਪ ਇਸ ਦੇ ਬਾਅਦ ਵੀ ਸਾਨੂੰ ਕਾਲ ਕਰ ਸਕਦੇ ਹੋ ਫੋਨ ਰਾਹੀਂ ਈਮੇਲ ਰਾਹੀਂ ਆਪਣੇ ਵਿਚਾਰ ਦੱਸੋ ਆਪ ਦੇ